ਇਹ ਵੀ ਕਈ ਲੰਬੀ ਦਾਸਤਾਨ ਰਹੀ ਹੈ ਪੰਜਾਬ ਦੇ ਸੰਘਰਸ਼ਾਂ ਦੀ ਤੇ ਅੱਜ ਇੱਕ ਹੋਰ ਸੰਘਰਸ਼ ਸ਼ੁਰੂ ਹੋ ਗਿਆ ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਵੀ ਦੇਖਿਆ ਹੈ ਵੀ ਸੰਘਰਸ਼ ਬੜੀ ਛੇਤੀ ਟੁੱਟ ਵੀ ਜਾਂਦੇ ਨੇ ਸਰਕਾਰਾਂ ਜਿਹੜੀਆਂ ਨੇ ਬਗਰੋ ਜਦੋਂ ਮਤਲਬ ਤੁਹਾਨੂੰ ਕਿਤੇ ਇਤਿਹਾਸ ਤੇ ਨਜ਼ਰ ਮਾਰੋ ਜਦੋਂ ਬੰਦਾ ਵਾਹਰ ਮਤਲਬ ਕਿਹਦੇ ਤੇ ਬੈਠਾ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੰਦੇ ਵਾੜ ਕੇ ਆਪਣਾ ਲਾਈ ਲੜਨਾ ਚਾਹੁੰਦੇ ਨੇ ਜੀ ਜਦੋਂ 84 ਵਾਲਾ ਦੌਰ ਚੱਲ ਰਿਹਾ ਸੀ ਆਪਣਾ ਖਾੜਕੂ ਦੌਰ ਜੀ ਉਦੋਂ ਪੁਲਿਸ ਵਾਲੇ ਖਾੜਕੂ ਬਣ ਕੇ ਲੜ ਰਹੇ ਸਨ ਕਿਸਾਨ ਸੰਘਰਸ਼ ਵਿੱਚ ਇਨੋਸੈਂਸ ਜਿਹੜੀ ਆ ਪ੍ਰਵੇਲ ਕਰ ਰਹੀ ਹੈ ਜੀ ਆਨੈਸਟੀ ਪ੍ਰਵੇਲ ਕਰ ਰਹੀ ਹੈ ਉਹਦੇ ਵਿੱਚ ਜਦੋਂ ਕੋਈ ਸ਼ਾਤਰਤਾ ਆਣ ਕੇ ਵੜੀ ਉਹਨੂੰ ਲੋਕੇਟ ਕਰਦੇ ਹੀ ਢੇਰ ਲੱਗ ਜਣੀ ਹੈ ਇਸ ਕਰਕੇ ਮੈਂ ਨੌਜਵਾਨਾਂ ਨੂੰ ਜਿਹੜੇ ਐਂਟਰ ਕੀਤੇ ਰਹੇ ਕਹਿਣਾ ਚਾਹੁੰਦਾ ਕਿ ਸਰਕਾਰ ਦੀ ਸ਼ੁਰੂਆਤ ਇੱਥੋਂ ਹੋਏਗੀ ਕੋ ਇਹਨੂੰ ਵਾਇਲੈਂਸ ਵਾਲੇ ਪਾਸੇ ਨੂੰ ਥੋਰ ਜੀ ਪਬਲਿਕ ਵਿੱਚ ਕੋਈ ਇਹੋ ਜਿਹੀ ਗੜਬੜੀ ਕਰਾਉਣ ਜਿਹਦੇ ਨਾਲ ਆਮ ਪਬਲਿਕ ਨੂੰ ਸਿੰਪਥੀ ਨਾ ਰਹੇ ਇਹ ਇਹੋ ਜਿਹੀ ਤੋਂ ਬਚਣਾ ਚਾਹੀਦਾ ਕਿਸਾਨ ਅਸੀਂ ਯੂਨੀਅਨਾਂ ਦੀ ਗੱਲ ਕਰਦੇ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤਿਕ ਉਹਨਾਂ ਦੇ ਮਫਾਦ ਨੇ ਉਹਨਾਂ ਦੇ ਸਿਧਾਂਤਕ ਜੁੜੀਆਂ ਹੋਈਆਂ ਨੇ ਜਾਂ ਰਾਜਨੀਤਿਕ ਤੌਰ ਤੇ ਜੁੜੀਆਂ ਹੋਈਆਂ ਨੇ ਆਗੂ ਦੀ ਨੀਅਤ ਇੱਕੋ ਹੁੰਦੀ ਹੈ ਆਗੂ ਦਾ ਜਿਹੜਾ ਸਲੀਕਾ ਉਹ ਇੱਕੋ ਹੁੰਦਾ ਆਗੂ ਦਾ ਦੇਖਣ ਸੋਚਣ ਸਮਝਣ ਦਾ ਜਿਹੜਾ ਤਰੀਕਾ ਉਹ ਇੱਕੋ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਵੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਕੋਈ ਕੱਜ ਹੈਗਾ ਜਾਂ ਕੇ ਸੰਘਰਸ਼ ਨੂੰ ਪੂਰ ਕਰਦੇ ਬਿਲਕੁਲ ਜੇ ਚਲੋ ਇੱਕ ਸੈਂਟਰ ਨਾਲ ਗੱਲ ਚੱਲਣੀ ਹੈ ਜਿਹੜਾ ਕਿ ਸੈਂਟਰ ਜਿਹੜਾ ਲਗਾਤਾਰ ਲੱਗਿਆ ਹੋਇਆ ਸਾਥੀ ਹੈ ਕਿ ਉਦੋਂ ਇਹ ਕੰਪੀਟੀਸ਼ਨ ਵੀ ਚੱਲਣਾ ਹੈ ਹੂੰ ਤੇ ਅੱਗੇ ਕਿਹਨੇ ਲੱਗਣਾ ਤੇ ਪਿੱਛੇ ਕਿਹਨੇ ਲੱਗਣਾ ਹੈ ਤੇ ਬੜਾ ਪੋਲਿਟਿਸ਼ੀਅਨ ਪੋਲਿਟਿਕਸ ਤੇ ਬੜਾ ਵੱਡਾ ਰੌਲਾ ਹੈ ਕਿ ਗੱਡੀ ਅੱਗੇ ਕਿਦੀ ਜਾ ਰਹੀ ਹੈ ਤੇ ਮਗਰ ਕਿਦੀ ਜਾ ਰਹੀ ਹੈ ਕਿ ਇਹ ਪੰਜਾਬ ਤੇ ਹਰਿਆਣਾ ਦੀ ਇਸ ਕਰਕੇ ਲੜਾਈ ਹੈ ਕਿ ਇੱਥੇ ਸਿੱਖ ਨੇ ਜੀ ਇੱਥੇ ਪੰਜਾਬੀ ਨੇ ਇਹ ਪੰਜਾਬੀਆਂ ਦੀ ਲੜਾਈ ਹੈ ਇਹਨੂੰ ਮਤਲਬ ਇਹ ਇਸ ਕਰਕੇ ਮਤਲਬ ਮੈਂ ਤੁਹਾਡੇ ਤੁਹਾਡੀ ਆਡੀਅנס ਨਾਲ ਸਾਂਝਾ ਗੱਲ ਕਰਨਾ ਤੁਹਾਨੂੰ ਖਾਸ ਤੌਰ ਤੇ ਦੱਸਣਾ ਚਾਹਣਾ ਕੋਲੇ ਯੰਗ ਬੰਦੇ ਜਿਹੜੇ ਤੁਸੀਂ ਨੌਜਵਾਨ ਸਾਰੇ ਜੀ ਕਿ ਇਹ جنگ ਹਿੰਦ ਪੰਜਾਬ ਦਾ ਹੈ ਹੂੰ ਇਹ ਵੱਡੀ ਗੱਲ ਹੈ ਇਹਨੂੰ ਕੋਈ ਸੌਖਿਆ ਨਹੀਂ ਲੈਣਾ ਚਾਹੀਦਾ ਇਹ ਅਲਟੀਮੇਟਲੀ ਹਿੰਦ ਪੰਜਾਬ ਦੇ ਜੰਗ ਵਾਂਗੂ ਹੀ ਲੜਿਆ ਜਾਣਾ ਹੈ ਕੱਲ ਵਾਲੇ ਨੇ ਸਾਬਤ ਕਰਤਾ ਕਿ ਪੰਜਾਬ ਜਿਹਨੂੰ ਮਤਲਬ ਦੱਸਿਆ ਜਾਂਦਾ ਕਿ ਨੱਕਰੇ ਮੱਖੀ ਨਹੀਂ ਬੰਨਦੇ ਜਿਹਨਾਂ ਦਾ ਢਾਂਗ ਤੇ ਡੇਰਾ ਕਰਦੇ ਨੇ ਇਹ ਜਦੋਂ ਮਤਲਬ ਫੈਸਲਾ ਕਰ ਲੈਂਦੇ ਨੇ ਉਦੋਂ ਚੂਵ ਨਹੀਂ ਕਰਦੇ ਸਾਰੇ ਪੰਜਾਬ ਵਿੱਚ ਮਤਲਬ ਕੱਲ ਕਿਸੇ ਨੇ ਕਿਸੇ ਨੂੰ ਕੋਈ ਵੀ ਨਹੀਂ ਕਿਹਾ ਕਿਸੇ ਨੂੰ ਉੱਚਾ ਬੋਲਿਆ ਨਹੀਂ ਕੋਈ ਜੀ ਸਾਰਾ ਕੋ ਚਾਹਦਾ ਹਾਲਾਂਕਿ ਹਿੰਦੁਸਤਾਨ ਦੀ ਜਿੱਦ 10 ਬੰਦੇ ਇਕੱਠੇ ਹੁੰਦੇ ਨੇ ਪੀੜ ਦਾ ਮਾਮਲਾ ਹੋ ਜਾਂਦਾ ਹੈ ਪਰ ਸਾਨੂੰ ਕੋਈ ਆਗੂ ਦਿਖਦਾ ਐ ਅਸੀਂ ਰਾਜਨੀਤਿਕ ਢੀਰਾਂ ਦੇਖ ਲੀਆਂ ਉਹਦੇ ਚ ਸਾਰੇ ਆਪਸ ਤੂ ਤੂ ਮੈਮਾ ਕਰਨ ਤੇ ਲੱਗੇ ਹੋਏ ਨੇ ਕਿਸਾਨ ਆਗੂਆਂ ਦੇ ਅਸੀਂ ਪਛੋਕੜ ਅਸੀਂ ਜਾਣਦੇ ਆ ਤਾਂ ਸਾਨੂੰ ਕਿਹੜਾ ਆਗੂ ਦਿਖਦਾ ਵੀ ਅਸੀਂ ਉਹਦੇ ਮਗਰ ਲੱਗ ਜਾਈਏ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰਤਾਪ ਸਿੰਘ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਖਰ ਸੰਵਾਦ ਪੰਜਾਬ ਦੇ ਸੰਘਰਸ਼ਾਂ ਦੀ ਦਾਸਤਾਨ ਦੇ ਵਿੱਚ ਅੱਜ ਇੱਕ ਹੋਰ ਸੰਘਰਸ਼ ਸ਼ਾਮਲ ਹੋ ਚੁੱਕਾ ਹੈ ਜੀ ਹਾਂ ਕਿਸਾਨੀ ਸੰਘਰਸ਼ ਜਿਨੇ ਭਾਰਤ ਦੇ ਨਾਲ ਆਡਾ ਲਾ ਲਿਆ ਹੈ ਤੇ ਭਾਰਤ ਨੇ ਉਹਦੇ ਨਾਲ ਇਹ ਆਡਾ ਲਾਉਣ ਨੂੰ ਮਜਬੂਰ ਕੀਤਾ ਹੈਗਾ ਇਸ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਸਿਆਸਤਦਾਨਾਂ ਬਾਰੇ ਵੀ ਗੱਲ ਕਰਾਂਗੇ ਆਮ ਕਿਸਾਨਾਂ ਬਾਰੇ ਵੀ ਗੱਲ ਕਰਾਂਗੇ ਤੇ ਖਾਸ ਤੌਰ ਉੱਤੇ ਜਿਹੜੇ ਇਸ ਪੜ ਦੇ ਵਿੱਚ ਪਹਿਲੀ ਵਾਰ ਕਲਾਕਾਰ ਸ਼ਾਮਲ ਹੋਏ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਮੇਰੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ ਜੀ ਪ੍ਰੋਫੈਸਰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਦੇਖਦੇ ਹਾਂ ਅਸੀਂ ਵੀ ਕਈ ਲੰਬੀ ਦਾਸਤਾਨ ਰਹੀ ਹੈ ਪੰਜਾਬ ਦੇ ਸੰਘਰਸ਼ਾਂ ਦੀ ਤੇ ਅੱਜ ਇੱਕ ਹੋਰ ਸੰਘਰਸ਼ ਸ਼ੁਰੂ ਹੋ ਗਿਆ ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਵੀ ਦੇਖਿਆ ਵੀ ਸੰਘਰਸ਼ ਬੜੀ ਛੇਤੀ ਟੁੱਟ ਵੀ ਜਾਂਦੇ ਨੇ ਜਿੰਨੀ ਛੇਤੀ ਉਹ ਖੜੇ ਹੁੰਦੇ ਨੇ ਇੱਕ ਆਵਾਮ ਉਹਨਾਂ ਨੂੰ ਸਾਥ ਦਿੰਦੀ ਹੈ ਉੰਨੀ ਛੇਤੀ ਉਹ ਥੱਲੇ ਬਹਿ ਵੀ ਜਾਂਦੇ ਨੇ ਤਾਨੂੰ ਕੀ ਲੱਗਦਾ ਵੀ ਇਹ ਸੰਘਰਸ਼ ਕਿੱਥੇ ਕ ਪਹੁੰਚੂਗਾ ਦੇਖੋ ਅਸਲ ਵਿੱਚ ਇਹ ਹੈ ਕਿ ਸੰਘਰਸ਼ ਜਿਹੜਾ ਹੈ ਉਹ ਪੰਜਾਬ ਦੀ ਦਾ ਸੁਭਾਅ ਵਿੱਚ ਪਿਆ ਹੈ ਜੀ ਔਰ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕੋਈ ਸਟੇਟ ਜਾਂ ਕੋਈ ਇਲਾਕਾ ਸੰਘਰਸ਼ ਕਰਨ ਦੀ ਆਗਾਜ਼ ਕਰਦਾ ਹੈ ਸ਼ੁਰੂਆਤ ਕਰਦਾ ਹੈ ਤੋਂ ਅਕਸਰ ਪੰਜਾਬ ਤੋਂ ਹੁੰਦੀ ਰਹੀ ਹੈ ਬਿਲਕੁਲ ਜਿਹੜੀ ਗੱਲ ਤੁਸੀਂ ਦੂਜੀ ਕਹੀ ਹੈ ਪੇ ਉਹ ਜਿਵੇਂ ਉੱਪਰ ਦੇ ਨੇ ਉਵੇਂ ਥੱਲੇ ਬਹਿ ਵੀ ਜਾਂਦੇ ਨੇ ਜੀ ਉਹ ਮੇਰਾ ਵੀ ਫਿਕਰ ਹੈ ਠੀਕ ਹੈ ਇਹ ਫਿਗਰ ਜਿਹੜਾ ਹੈ ਇਹ ਇਸ ਕਰਕੇ ਆ ਕਿ ਜਿਨਨੇ ਪਲਾਨਡ ਢੰਗ ਨਾਲ ਹੂੰ ਜਿਹੜੀ ਮੁੱਦੇ ਨੇ ਸਾਨੂੰ ਸਾਡੇ ਗੱਲ ਪਏ ਜਾਂਦੇ ਨੇ ਉਹਨੇ ਪਲਾਨਡ ਢੰਗ ਨਾਲ ਅਸੀਂ ਉਹਨਾਂ ਨੂੰ ਨਹੀਂ ਸੁਲਝਾਉਂਦੇ ਜੀ ਕਿਉਂਕਿ ਭਾਜਪਾ ਸਰਕਾਰ ਨੇ ਉਹ ਐਂਟੀ ਕਿਸਾਨ ਹੀ ਨਹੀਂ ਗੱਲੀ ਉਹ ਹਟਵਾਣੀਆਂ ਦੀ ਪਾਰਟੀ ਹੈ ਤੇ ਉਹਦਾ ਕਿਸਾਨੀ ਨਾਲ ਕੋਈ ਤੱਲਕ ਨਹੀਂ ਆ ਸਾਰੇ ਹਿੰਦੁਸਤਾਨ ਜੀ ਨਹੀਂ ਕੋਈ ਤੱਲਕ ਹੈਗਾ ਜੀ ਪਰ ਉਹਨਾਂ ਨੇ ਇਹ ਪਲਾਨ ਢੰਗ ਨਾਲ ਆਪਣੇ ਆਪ ਨੂੰ ਭਾਰਤ ਨੂੰ ਅਮਰੀਕਾ ਨਾਲ ਬਣਾਉਣ ਦੇ ਚਾਚ ਜੀ ਕਾਰਪੋਰੇਟ ਸ਼ੈਲੀ ਜਿਹੜੀ ਆ ਉਹ ਇੰਟਰੋਡਿਊਸ ਕਰ ਰਹੇ ਨੇ ਹੂੰ ਉਹਦੇ ਵਿੱਚ ਅਮੀਰ ਨੇ ਗਰੀਬ ਦਾ ਦੇ ਗਰੀਬ ਤੇ ਮਤਲਬ ਰਾਜ ਕਰਨਾ ਹੈ ਬਿਲਕੁਲ ਉਹ ਜਿਹੜੀ ਆ ਉਹਦੇ ਉੱਤੇ ਹੁਣ ਸਵਾਲ ਇਹ ਹੈ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਕਿ ਮੋਦੀ ਦੀ ਸਿਆਸਤ ਨੂੰ ਸਮਝੇ ਜਾਣ ਦੀ ਲੋੜ ਹੈ ਜੀ ਮੋਦੀ ਦੀ ਸਿਆਸਤ ਇਹ ਹੈ ਕਿ ਉਹਨੇ ਆਪਣੇ ਫਾਲੋਅਰਸ ਨੂੰ ਹਿੰਦੁਸਤਾਨ ਦਾ ਜਿਹੜਾ Hindu ਬਹੁ ਸਮਤੀ ਹੈ ਉਹ ਨੂੰ ਇਹ ਸੈਲ ਕਰ ਰਿਹਾ ਹੈ ਕਿ ਮੋਦੀ ਜੋ ਕਹਿੰਦਾ ਉਹੀ ਠੀਕ ਹੈ ਠੀਕ ਹੈ ਇਸ ਕਰਕੇ ਮੋਦੀ ਜਦੋਂ ਕੋਈ ਫੈਸਲਾ ਲੈਂਦਾ ਹੈ ਤੇ ਉਸ ਫੈਸਲੇ ਨੂੰ ਜਿਹੜੇ ਉਹਦੀ ਪਾਰਟੀ ਦੇ ਬੰਦੇ ਨੇ ਉਹ ਮੋਦੀ ਦੀ ਇੱਕ ਆਨ ਸ਼ਾਨਦਾਨ ਦੇ ਤੌਰ ਤੇ ਉਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਉਹ ਉਹਨੂੰ ਤਾਂ ਅੱਜਕੱਲ ਜਿਹੜੇ ਉਹਦੇ ਭਗਤ ਨੇ ਉਹ ਤਾਂ ਉਹਨਾਂ ਦੇ ਫੈਸਲਿਆਂ ਨੂੰ ਇਲਹਾਮਵਜੂ ਮੰਨਦੇ ਨੇ ਇਲਹਾਮ ਉਹੀ ਹੈ ਨਾ ਵੀ ਮੋਦੀ ਕਿਵੇਂ ਗਲਤ ਹੋ ਸਕਦਾ ਹੈ ਹਾਲਾਂਕਿ ਹੁਣ ਐਸਲੇ ਤੱਕ ਤੇ ਗੁਰਪ੍ਰਤਾ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਮੋਦੀ ਦਾ ਕੋਈ ਫੈਸਲਾ ਵੀ ਠੀਕ ਨਹੀਂ ਜੀ ਜੀ ਮੋਦੀ ਦਾ ਅੱਜ ਹੀ ਨਹੀਂ ਜਦੋਂ ਸੀਐਮਸੀ ਉਦੋਂ ਵੀ ਕੋਈ ਫੈਸਲਾ ਉਹਦਾ ਠੀਕ ਨਹੀਂ ਸੀ ਹੂੰ ਕਿਉਂਕਿ ਮੋਦੀ ਜਦੋਂ ਸੋਚਦਾ ਇੱਕ ਐਂਗਲ ਤੋਂ ਸੋਚਦਾ ਹੈ ਜਿਹੜਾ ਆਰਐਸਐਸ ਦਾ ਐਂਗਲ ਹੈ ਠੀਕ ਹੈ ਉਹਦਾ ਟ੍ਰੈਂਡ ਬੰਦਾ ਹੈ ਉਹ ਤੇ ਉਹਨੂੰ ਹਿੰਦੂਵਾਦ ਦਾ ਦੀਪ ਦਾ ਪਤਾ ਹੈ ਉਹਨੂੰ ਹਿੰਦੁਸਤਾਨ ਦੀ ਡਿਵੈਲਪਮੈਂਟ ਕਿਵੇਂ ਕਰਨੀ ਹੈ ਉਹਦੀਆਂ ਪਾਲਿਸੀਜ਼ ਕੀ ਰੱਖਣੀਆਂ ਇਹਦਾ ਕੋਈ ਪਤਾ ਨਹੀਂ ਹੈ ਖਰੇ ਇੱਕ ਅੱਡ ਮੁੱਦਾ ਹੈ ਇਹ ਲੈ ਲੈਣੇ ਸਾਡੇ ਸਾਹਮਣੇ ਅੱਜ ਕਿਸਾਨੀ ਦਾ ਮੁੱਦਾ ਹੈ ਬਿਲਕੁਲ ਮੈਂ ਸਮਝਦਾ ਕਿ ਜਿਹੜੇ ਜਿਹੜਾ ਸਾਡੇ ਐਸਲੇ ਸੀ ਲਾਈ ਲਾ ਰਹੇ ਹ ਤੁਸੀਂ ਕੱਲ ਜਿਹੜਾ ਪੰਜਾਬ ਬੰਦ ਸੀਗਾ ਜੀ ਉਹ ਭਾਰਤਵੰਦ ਵਾਂਗੂ ਚੱਲਿਆ ਗੱਲ ਜੀ ਬਿਲਕੁਲ ਮੈਂ ਪਟਨਾ ਨਹੀਂ ਦੇਖਿਆ ਹੈ ਵੀ ਉੱਥੇ ਵੀ ਭੀੜ ਜੜੀ ਬਾਹਰ ਨਿਕਲੀ ਹੂੰ ਯੂਪੀ ਜੀ ਭੀੜ ਬਾਹਰ ਨਿਕਲੀ ਪਰ ਜਿਹੜੀ ਮੋਦੀ ਸਰਕਾਰ ਹੈ ਇਹ ਇਹ ਕੋਸ਼ਿਸ਼ ਕਰ ਰਹੀ ਹੈ ਕਹਿੰਦੀ ਕਿ ਇਹ ਪੰਜਾਬ ਤੇ ਹਰਿਆਣਾ ਦੀ ਇਸ ਕਰਕੇ ਲੜਾਈ ਹੈ ਕਿ ਇੱਥੇ ਸਿੱਖ ਨੇ ਜੀ ਇੱਥੇ ਪੰਜਾਬੀ ਨੇ ਇਹ ਪੰਜਾਬੀਆਂ ਦੀ ਲੜਾਈ ਹੈ ਇਹਨੂੰ ਮਤਲਬ ਇਹ ਇਸ ਕਰਕੇ ਮਤਲਬ ਮੈਂ ਤੁਹਾਡੇ ਤੁਹਾਡੀ ਆਡੀਅנס ਨਾਲ ਸਾਂਝਾ ਕਰਨਾ ਚਾਹਣਾ ਤੁਹਾਨੂੰ ਖਾਸ ਤੌਰ ਤੇ ਦੱਸਣਾ ਚਾਹਣਾ ਤੁਹਾਡੇ ਯੰਗ ਬੰਦੇ ਜਿਹੜੇ ਤੁਸੀਂ ਨੌਜਵਾਨ ਸਾਰੇ ਜੀ ਕਿ ਇਹ ਜੰਗ ਹਿੰਦ ਪੰਜਾਬ ਦਾ ਹੈ ਹੂੰ ਇਹ ਵੱਡੀ ਗੱਲ ਹੈ ਇਹਨੂੰ ਕੋਈ ਸੌਖਿਆ ਨਹੀਂ ਲੈਣਾ ਚਾਹੀਦਾ ਇਹ ਅਲਟੀਮੇਟਲੀ ਹਿੰਦ ਪੰਜਾਬ ਦੇ ਜੰਗ ਵਾਂਗੂ ਹੀ ਲੜਿਆ ਜਾਣਾ ਹੈ ਜੀ ਤੇ ਜਿਹੜੇ ਤਿੰਨ ਬਿਲ ਪਾਸ ਹੋ ਚੁੱਕੇ ਨੇ ਵੀ ਉਹ ਕਿਸਾਨ ਵਿਰੋਧੀ ਨੇ ਭਾਵੇਂ ਉਹਨਾਂ ਦੀ ਜ਼ਮੀਨ ਦਾ ਮਸਲਾ ਹੋਵੇ ਭਾਵੇਂ ਉਹਨਾਂ ਦੀ ਫਸਲ ਦਾ ਮਸਲਾ ਹੋਵੇ ਤੇ ਭਾਵੇਂ ਫਸਲ ਦੀ ਖਰੀਦ ਦਾ ਮਸਲਾ ਹੋਵੇ ਇਹ ਤਿੰਨਾਂ ਨੂੰ ਲੈ ਕੇ ਕਿਸਾਨ ਵਿਰੋਧੀ ਨੇ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਸਿਆਸਤਦਾਨ ਆਪਣੀ ਸਿਆਸਤ ਕਰਨ ਦੇ ਵਿੱਚ ਮਸ਼ਰੂਫ ਨੇ ਤੇ ਗੱਲ ਤੁਸੀਂ ਪੰਜਾਬ ਦੇ ਲੋਕਾਂ ਦੀ ਕੀਤੀ ਵੀ ਕਿ ਇਨਸਾਨੀਅਤ ਹੈ ਜਿਹੜੀ ਕਿਸਾਨ ਨੇ ਉਹ ਇਕੱਠੇ ਨੇ ਉਹ ਇੱਕ ਅਲੱਗ ਫਿਰਕਾ ਉਹਨਾਂ ਦੇ ਬਾਰੇ ਕੋਈ ਨਹੀਂ ਸੋਚ ਰਿਆ ਉਹ ਲੈ ਇੰਟਰਸਟ ਇਕੱਠੇ ਲੈਣਾ ਇੰਟਰਸਟ ਇਕੱਠੇ ਨੇ ਮੈਂ ਕੁਝ ਤੁਹਾਡੇ ਨਾਲ ਬੰਦ ਸਾਂਝੇ ਕਰਨਾ ਚਾਹੁੰਦਾ ਜਿਹੜੇ ਕਿ ਇਸ ਸਮੇਂ ਕਲਾਕਾਰਾਂ ਵੱਲੋਂ ਕੁਝ ਕਵਿਤਾਵਾਂ ਤੇ ਕੁਝ ਗੀਤ ਜਿਹੜੇ ਚੱਲ ਰਹੇ ਨੇ ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਵੀ ਹਿੰਦ ਪੰਜਾਬ ਦੀ ਜੰਗ ਇਹ ਉਸੇ ਨੂੰ ਰੂਬਰੂ ਕਰਦੇ ਨੇ ਕਹਿੰਦੇ ਕੱਲੂ ਕਰੇ ਦੇਸ਼ ਨਿਕਾਲੇ ਹੁਣ ਖੇਤਾਂ ਉੱਤੇ ਧਾਵੇ ਕੱਲੂ ਕਰੇ ਦੇਸ਼ ਨਿਕਾਲੇ ਹੁਣ ਖੇਤਾਂ ਉੱਤੇ ਧਾਵੇ ਜਾਂ ਦਿੱਲੀ ਦੀ ਹਿੱਕ 'ਚ ਗੱਡੀਏ ਹੁਣ ਹਲਾ ਦੇ ਫਾਲੇ ਇਸੇ ਤਰ੍ਹਾਂ ਗਿਲੇ ਪੁਲਾ ਕੇ ਇਕੱਠੇ ਹੋ ਕੇ ਤਖਤਾਂ ਨਾਲ ਟਕਰਾਉਣ ਦਾ ਮੌਕਾ ਸੰਗਤਾਰ ਪੰਜਾਬੀ ਕੀ ਕਰ ਸਕਦੇ ਇਹ ਦਿੱਲੀ ਨੂੰ ਦਿਖਾਉਣ ਦਾ ਮੌਕਾ ਜਾਂ ਵਕ ਵਕ ਵੀ ਦਿੱਲੀ ਝਾਂਜਰਾਂ ਪਾ ਕੇ ਨੱਚੂਗੀ ਬੱਬੂ ਮਾਨ ਦਾ ਗੀਤ ਹੋਰ ਕਈ ਗੀਤ ਇਸ ਲਹਿਜੇ ਚੋਂ ਆਥੋਂ ਲੱਗਦਾ ਵੀ ਜਿਹੜੇ ਸਾਇਤਕਾਰ ਜਿਵੇਂ ਸ਼ਾ ਮੁਹੰਮਦ ਨੇ ਲਿਖਿਆ ਸੀਗਾ ਵੀ ਉਹ ਚੀਜ਼ ਕਿਤੇ ਨਾ ਕਿਤੇ سینੇ ਬਸੀਨੇ ਚੱਲਦੀ ਰਹਿੰਦੀ ਹੈ ਮੈਂ ਕਹਿੰਦਾ ਬਿਲਕੁਲ ਠੀਕ ਹੈ ਕਿ ਹਰਤ ਸਿਰਨਾ ਉਹ ਸੁਪਨੇ ਵੇਚਦਾ ਹੈ ਜੀ ਇਹ ਸੁਪਨੇ ਜੁੜੀ ਹੋਈ ਗੱਲ ਹੈ ਇਹਦਾ ਹੀ ਇਤਿਹਾਸਕ ਹੈ ਸਾਡੇ ਕੋਲੇ ਸਾਡੀ ਜਿਹੜੀ ਵਿਰਾਸਤ ਹੈ ਨਾ ਉਹਦੇ ਵਿੱਚ ਇਹ ਗੱਲ ਪਈ ਹੈ ਕਿ ਕਿਸਾਨੀ ਨੂੰ ਦੇਖੋ ਮਤਲਬ ਬੰਦਾ ਬਹਾਦਰ ਤੱਕ ਹਮ ਜਿਹੜਾ ਮੁਗਲ ਬਾਦਸ਼ਾਹ ਤਾਂ ਜ਼ਮੀਨ ਦਾ ਮਾਲਕ ਜੱਟ ਨਹੀਂ ਸੀ ਹੁੰਦਾ ਉਹਨੇ ਪਹਿਲੀ ਵਾਰ ਜੱਟ ਨੂੰ ਜ਼ਮੀਨ ਦਾ ਮਾਲਕ ਡਿਕਲੇਅਰ ਕੀਤਾ ਜੀ ਅਗੋਂ ਮਿਸਲਾ ਆ ਗਿਆ ਉਹਨਾਂ ਨੇ ਕੰਟੀਨਿਊ ਕੀਤਾ ਰਣਜੀਤ ਸਿੰਘ ਨੇ ਉਹ ਲਾਬਲਾਤਾ ਤੇ ਪੰਜਾਬ ਦੇ ਵਿੱਚ ਜੱਟ ਜਿਹੜਾ ਮਾਲਕ ਹੋ ਗਿਆ ਤੇ ਫਿਰ ਮੁੜ ਕੇ ਹੌਲੀ ਹੌਲੀ ਆ ਲਾਲ ਹੋਣ ਤੱਕ ਹਿੰਦੁਸਤਾਨ 'ਚ ਵੀ ਹੋ ਗਿਆ ਜੀ ਸਾਨੂੰ ਪੰਜਾਬ ਵਾਲਿਆਂ ਨੂੰ ਇਹ ਜਾਂਦਾ ਅਸੀਂ ਮਤਲਬ ਸਾਡੀ ਜਿਹੜੀ ਲੜਾਈ ਹੈ ਨਾ ਉਹ ਕੇਂਦਰੀਤਾ ਵਰਸਸ ਫੈਡਰਲਿਜ਼ਮ ਦੀ ਹੈ ਬਿਲਕੁਲ ਜਿਹੜੀ ਕੇਂਦਰੀ ਪਾਰਟੀਆਂ ਨੇ ਉਹਦੇ ਚੰਦੀਆਂ ਇੱਕ ਪਾਰਟੀਆਂ ਮਤਲਬ ਜਦੋਂ ਵੀ ਭਾਜਪਾ ਬੋਲਦੀ ਆ ਇੱਕ ਹਿੰਦੁਸਤਾਨ ਇੱਕ ਝੰਡਾ ਇੱਕ ਫਲਾਣਾ ਇੱਕ ਰਾਸ਼ਟਰ ਇੱਕ ਬੋਲੀ ਉਹਨੇ ਉਹਨੇ ਤਾਂ ਹੁਣ ਥੋੜੀ ਦੇਰ ਤੱਕ ਇਹ ਵੀ ਕਹਿਣਾ ਵੀ ਇੱਕੋ ਪਾਰਟੀ ਨਹੀਂ ਉਹ ਇੱਕੋ ਪਾਰਟੀ ਤਾਂ ਕਹੀ ਨੇ ਜਦੋਂ ਕਾਂਗਰਸ ਮੁਕਤ ਭਾਰਤ ਬਣਾਉਂਦੇ ਨੇ ਉਹ ਤੇ ਆਪੋਸ਼ਨ ਫਿਰਮ ਕਰਦੇ ਨੇ ਉਹ ਜਿਹੜੀ ਹੈ ਕਾਂਗਰਸ ਦੇ ਖਿਲਾਫ ਉਹ ਨਾਰਾ ਇਹਨਾਂ ਨਹੀਂ ਹੈ ਜਿੰਨਾ ਪੋਲਿਟੀਕਲ ਪਾਰਟੀਆਂ ਦੇ ਖਿਲਾਫ ਹੈ ਜੀ ਵੈਰਾਈਟੀ ਜਿਹੜੀ ਹੈ ਨਾ ਦੇਖੋ ਇਕ ਰੰਗੀਤ ਜਿਹੜੀ ਹੈ ਹਮ ਉਹਨਾਂ ਨੂੰ ਪਸੰਦ ਹੈ ਪਰ ਜਦ ਕਿਸਾਨੀ ਯੰਗ ਇਕ ਰੰਗੀਤ ਹੈ ਜੀ ਉਹ ਨਹੀਂ ਪਸੰਦ ਉਹਨਾਂ ਨੂੰ ਹਮ ਜਿਹੜੀ ਦੂਜੇ ਦੀ ਇਕ ਰੰਗੀਤ ਹੈ ਉਹ ਨਹੀਂ ਪਸੰਦ ਆਪਣੀ ਇਕ ਰੰਗੀਤ ਪਸੰਦ ਹੈ ਇੱਕ ਰੰਗ ਜਿਹੜਾ ਕਿਸਾਨੀ ਦਾ ਕਿਸਾਨੀ ਦੇ ਰੰਗ ਨੂੰ ਇਹ ਸੀ ਕਿ ਇਹ ਜਿਹੜਾ ਮਸਲਾ ਸੀ ਸਾਡਾ ਵੀ ਸਰਵਾਈਵਲ ਦਾ ਮਸਲਾ ਸੀ ਸਾਡਾ ਜੀ ਇਹਦੇ ਵਿੱਚ ਜੇ ਅਸੀਂ ਆਪਣੇ ਉਹ ਨਹੀਂ ਸਵਾਲਾਂਗੇ ਇਹਦੇ ਵਿੱਚ ਜਿਹੜੀਆਂ ਜਿੰਨੀਆਂ ਗੱਲਾਂ ਹੋ ਰਹੀਆਂ ਨੇ ਮੈਂ ਤੇ ਹੈਰਾਨ ਇਸ ਕਰਦਾ ਵੀ ਦੇਖੋ ਪੋਲਿਟਿਕਲ ਪਾਰਟੀਆਂ ਕੀ ਕਰਦੀਆਂ ਨੇ ਅਕਾਲੀ ਕਹਿੰਦੇ ਨੇ ਵੀ ਅਮਰਿੰਦਰ ਫੇਲ ਕਰ ਰਿਹਾ ਹੈ ਜੀ ਅਮਰਿੰਦਰ ਕਹਿੰਦਾ ਹੈ ਕਿ ਅਕਾਲੀ ਫੇਲ ਕਰ ਰਹੇ ਨੇ ਹੂੰ ਆਪ ਕਹਿੰਦੇ ਆ ਸਾਰੇ ਹੀ ਫੇਲ ਕਰ ਰਹੇ ਨੇ ਜੀ ਉਹ ਮਤਲਬ ਉਹਨਾਂ ਦੀ ਆਪਣੀ ਸਿਆਸਤ ਹੈ ਜਿਹੜੀ ਉਹ ਲਗਾਤਾਰ جاری ਹੈ ਹੁਣ ਉਹ ਉਹਦੇ 'ਚ ਮੈਂ ਕਹਿਣਾ ਇਹ ਚਾਹ ਰਿਹਾ ਕਿ ਭਾਈ ਜਿਵੇਂ ਹੁਣ ਬੰਦ ਕਰੋ ਬੇ ਅਕਾਲੀਆਂ ਦਾ ਇੱਕ ਇੱਕ ਗੱਲ ਸਾਹਮਣੇ ਆ ਗਈ ਹਮ ਭਈ ਪੰਜਾਬ ਬੰਦ ਹੈ ਸੜਕਾਂ ਬੰਦ ਨੇ ਬੰਦਾ ਬਾਹਰ ਕੋਈ ਨਹੀਂ ਜੋ ਚੱਕਾ ਜਮ ਕਰੀ ਬੈਠੇ ਨੇ ਕਿਦਾਂ ਹਮ ਚੱਕਾ ਜਮ ਕਿਦਾਂ ਭਾਈ ਜਦੋਂ ਬਾਹਰ ਸੜਕ ਤੇ ਕੋਈ ਨਹੀਂ ਗਾਤ ਚੱਕਾ ਜਮ ਕਰਾ ਉਹ ਹੀ ਇੱਕ ਟਰੈਕਟਰ ਹੈ ਜਿੱਤੇ ਸਿਮਰਤ ਤੇ ਬੈਠੇ ਹੋਏ ਨੇ ਹਮ ਉਹੀ ਉਹਦਾ ਟਕਰਾ ਟਜਮ ਹੋਇਆ ਨਹੀਂ ਜਗ੍ਹਾ ਬਲ ਤੁਰਦਾ ਆ ਰਿਹਾ ਜੀ ਮੇਰਾ ਮਤਲਬ ਇਹ ਹੈ ਕਿ ਇਹ ਜਿਹੜੀ ਹੈ ਨਾ ਇਹਦੇ ਵਿੱਚ ਇੱਕ ਮੁੱਦਿਆਂ ਚ ਮੁੱਦੇ ਗੱਡਣ ਦੀ ਜਿਹੜੀ ਇਹ ਬਾਜਬਾ ਦੀ ਇਨਡਾਇਰੈਕਟ ਮੈਥਡ ਹੈ ਹਮ ਅਕਾਲੀ ਅਜੇ ਕਾਂਗਰਸ ਜੇ ਅੱਜ ਬਾਜਬਾ ਨੂੰ ਛੱਡ ਵੀ ਦੇਣ ਤੇ ਉਸ ਤੋਂ ਬਾਅਦ ਵੀ ਸੋਚਣਾ ਪਏਗਾ ਕਿ ਇਹ ਸੁਭਾਅ ਬਦਲੇ ਨੇ ਬਿਲਕੁਲ ਵੱਡੀ ਗੱਲ ਹੈ ਜਿੱਨਾ ਜਿਹੜਾ ਉਹ ਉਹਨਾਂ ਦੇ ਨਾਲ ਨੇ ਉਹਨਾਂ ਜਿਹੜੇ ਤਾਂ ਕਹੀ ਰਹੇ ਅਸੀਂ ਜੀ ਬਾਜਬਾ ਪੰਜਾਬ ਦੀ ਕਹਿ ਰਹੇ ਨੇ ਵੇ ਅਸੀਂ ਇਹਨਾਂ ਦੇ ਰਾਹੀਂ ਲੜ ਰਹੇ ਨੇ ਸਰਕਾਰਾਂ ਜਿਹੜੀਆਂ ਨੇ ਬਦਲੋ ਜਦੋਂ ਮਤਲਬ ਤੁਹਾਨੂੰ ਕਿਤੇ ਇਤਿਹਾਸ ਤੇ ਨਜ਼ਰ ਮਾਰੋ ਜਦੋਂ ਬੰਦਾ ਬਾਹਰ ਮਤਲਬ ਕਿੱ데 ਜਿ ਬੈਠਾ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੰਦੇ ਵਾੜ ਕੇ ਆਪਣਾ ਲੜਾਈ ਲੜਨਾ ਚਾਹੁੰਦੇ ਨੇ ਜੀ ਜਦੋਂ 84 ਵਾਲਾ ਦੌਰ ਚੱਲ ਰਿਹਾ ਸੀ ਆਪਣਾ ਖਾੜਕੂ ਦੌਰ ਜੀ ਉਦੋਂ ਪੁਲਿਸ ਵਾਲੇ ਖਾੜਕੂ ਬਣ ਕੇ ਲੜ ਰਹੇ ਸਨ ਜੀ ਇਹ ਸਾਰੀਆਂ ਗੱਲਾਂ ਹੁੰਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਬਹੁਤ ਕੁਝ ਕਰਦੀਆਂ ਨੇ ਹੂੰ ਇਹਨਾਂ ਸੰਘਰਸ਼ ਵਿੱਚ ਇਨੋਸੈਂਸ ਜਿਹੜੀ ਆ ਪ੍ਰਵੇਲ ਕਰ ਰਹੀ ਹੈ ਆਨੈਸਟੀ ਪ੍ਰਵੇਲ ਕਰ ਰਹੀ ਹੈ ਉਹਦੇ ਵਿੱਚ ਜਦੋਂ ਕੋਈ ਛਾਤਰ ਤਾਂ ਆ ਕੇ ਵੜੀ ਉਹਨੂੰ ਲੋਕੇਟ ਕਰਦੇ ਹੀ ਦੇਰ ਲੱਗ ਜਣੀ ਆ ਇਸ ਕਰਕੇ ਮੈਂ ਨੌਜਵਾਨਾਂ ਨੂੰ ਜਿਹੜੇ ਐਂਟਰ ਕੀਤੇ ਰਹੇ ਕਹਿਣਾ ਚਾਹਣਾ ਕਿ ਸਰਕਾਰ ਦੀ ਸ਼ੁਰੂਆਤ ਇੱਥੋਂ ਹੋਏਗੀ ਕੋ ਇਹਨੂੰ ਵਾਇਲੈਂਸ ਵਾਲੇ ਪਾਸੇ ਨੂੰ ਤੁਰ ਜੀ ਪਬਲਿਕ ਵਿੱਚ ਕੋਈ ਇਹੋ ਜਿਹੀ ਗਲਬੜੀ ਕਰਾਉਣ ਜਿਹਦੇ ਨਾਲ ਆਮ ਪਬਲਿਕ ਨੂੰ ਸਿੰਪਥੀ ਨਾ ਰਹੇ ਹੂੰ ਇਹ ਇਹੋ ਜਿ ਤੋਂ ਬਚਣਾ ਚਾਹੀਦਾ ਕੱਲ ਵਾਲੇ ਨੇ ਸਾਬਤ ਕਰਤਾ ਕਿ ਪੰਜਾਬ ਜਿਹਨੂੰ ਮਤਲਬ ਦੱਸਿਆ ਜਾਂਦਾ ਕਿ ਨੱਕਰੇ ਮੱਖੀ ਨਹੀਂ ਬੰਨ੍ਹ ਦਿੰਦੇ ਜਿੰਨਾਂ ਦਾ ਢਾਂਗ ਤੇ ਡੇਰਾ ਕਰਦੇ ਨੇ ਇਹ ਜਦੋਂ ਮਤਲਬ ਫੈਸਲਾ ਕਰ ਲੈਂਦੇ ਨੇ ਉਦੋਂ ਚੂਵ ਨਹੀਂ ਕਰਦੇ ਸਾਰੇ ਪੰਜਾਬ ਵਿੱਚ ਮਤਲਬ ਕੱਲ ਕਿਸੇ ਨੇ ਕਿਸੇ ਨੂੰ ਕੋਈ ਵੀ ਨਹੀਂ ਕਿਹਾ ਕਿਸੇ ਨੂੰ ਉੱਚਾ ਬੋਲਿਆ ਨਹੀਂ ਕੋਈ ਜੀ ਕਿ ਸਾਰਾ ਕੋ ਚੱਲਦਾ ਹਾਲਾਂਕਿ ਹਿੰਦੁਸਤਾਨ ਜਿੱਥੇ 10 ਬੰਦੇ ਇਕੱਠੇ ਹੁੰਦੇ ਨੇ ਪੀੜ ਦਾ ਮਾਮਲਾ ਹੋ ਜਾਂਦਾ ਹੈ ਬਿਲਕੁਲ ਤੇ ਇਹ ਇੱਥੇ ਪੀੜ ਦਾ ਮਾਮਲਾ ਨਹੀਂ ਹੋਇਆ ਜਿੰਨੀ ਗੁਣੀਆਂ ਇੱਥੇ ਫਿਰਦੀ ਸੀ ਹੁਣ ਇਹ ਜਿਹੜੀ ਹੈ ਇਹ ਸ਼ਾਨ ਹੈ ਪੰਜਾਬ ਦੀ ਜੀ ਇਹ ਇਹ ਜਿਹੜੀ ਸ਼ਾਨ ਹੈ ਇਹ ਗੁਰੂ ਸਾਹਿਬ ਦੀ ਦੇਣ ਹੈ ਇਹ ਗੁਰੂ ਦੇ ਨਾਂ ਤੇ ਜੀਉਣ ਵਾਲਾ ਪੰਜਾਬ ਹੈ ਹਮ ਇੱਥੇ ਜਿਹੜਾ ਬੰਦਾ ਇਹ ਦੇ ਖਿਲਾਫ ਜੇ ਕੋ ਮਤਲਬ ਇੱਕ ਐਲੀਮੈਂਟ ਖਿਲਾਫ ਰਹਿੰਦਾ ਹੈ ਜੀ ਕਿਸਾਨੀਅਤ ਦੇ ਵੀ ਖਿਲਾਫ ਰਹੂਗਾ ਉਹਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਇੱਕ ਸੈਗਮੈਂਟ ਹੈਗਾ ਜਿਹੜੀ ਐਸੋਸੀਏਸ਼ਨ ਜਿਹੜੀ ਆ ਪੰਜਾਬ ਨਾਲ ਉਹ ਵਧ ਬਾਹਰ ਰਹਿੰਦੀ ਹੈ ਬਿਲਕੁਲ ਪਹਿਲਾਂ ਵੀ ਸੀ ਹੁਣ ਵੀ ਹੈ ਉਹ ਹੁਣ ਇਸ ਵੇਲੇ ਇਹ ਇਮਤਿਹਾਨ ਹੈ ਪੰਜਾਬੀਅਤ ਦਾ ਕਿ ਪੰਜਾਬੀਅਤ ਜਿਹੜੀ ਹੈ ਉਹ ਕਿਸਾਨੀਅਤ ਦੇ ਨਾਲ ਖੜਦੀ ਹੈ ਅਗਨੀ ਖੜਦੀ ਹੈ ਇਸ ਕਰਕੇ ਜਦੋਂ ਉਹ ਮਤਲਬ ਉਹ ਨਹੀਂ ਖੜਿਆ ਮਤਲਬ ਐਕਟਰ ਸਲੀ ਵਿਓਲ ਜੀ ਤੇ ਲੋਕਾਂ ਨੇ ਮੂੰਹ ਕਾਲਾ ਕਰਤਾ ਬਿਲਕੁਲ ਜਿਹੜਾ ਪਾਜਬਾਲਾ ਨਹੀਂ ਖੜਿਆ ਉਹਨਾਂ ਦਾ ਕਾਲਾ ਕਰ ਦੇਣਗੇ ਉਹ ਕਾਲਾ ਕਰਨ ਵੇਲੇ ਜਦੋਂ ਸਕੇਂਦਰ ਉਹਨਾਂ ਤੇ ਲੈ ਕੇ ਆਏਗਾ ਉਹਨਾਂ ਦੇ ਡਿਫੈਂਸ ਤੇ ਆਏਗਾ ਜੀ ਜਿਨ੍ਹਾਂ ਨੂੰ ਜੈਲ ਸਕਿਉਰਟੀ ਮਿਲੀ ਹੋਈ ਆ ਉਹਨਾਂ ਉਹਨਾਂ ਦੇ ਖਿਲਾਫ ਖੜੇਗਾ ਜਦੋਂ ਤੇ ਇਹੋ ਜੇ ਮਤਲਬ ਕੋਈ ਪੰਗਾ ਖੜਾ ਹੋਏਗਾ ਬਿਲਕੁਲ ਇਸ ਕਰਕੇ ਪੰਜਾਬ ਨੂੰ ਇਹ ਸੋਚਣਾ ਚਾਹੀਦਾ ਮੈਨੂੰ ਅਮਰਿੰਦਰ ਦੀ ਗੱਲ ਚੰਗੀ ਲੱਗੀ ਕਿ ਭਾਈ ਜੋ ਮਰਜ਼ੀ ਕਰੋ ਮੈਂ ਤੁਹਾਡੇ ਨਾਲ ਆਂ ਪਰ ਲਾਇਨ ਆਰਡਰ ਦੀ ਪ੍ਰੋਬਲਮ ਨਹੀਂ ਖੜੀ ਕਰਨੀ ਨਹੀਂ ਇਹ ਹਮੇਸ਼ਾ ਹੀ ਖਦਸ਼ਾ ਰਹਿੰਦਾ ਵੀ ਜਿਹੜੀਆਂ ਲੋਕ ਸੰਘਰਸ਼ ਹੁੰਦੇ ਨੇ ਵੀ ਉਹ ਤਾਰ ਪਿੱਡੋ ਇਸੇ ਤਰੀਕੇ ਨਾਲ ਕੀਤੇ ਜਾਂਦੇ ਨੇ ਵੀ ਉਹਨਾਂ ਨੂੰ ਹਿੰਸਾ ਦੇ ਰਾਹ ਤੇ ਤੋਰ ਦਿੱਤਾ ਜਾਂਦਾ ਹੈ ਛੇਤੀ ਫੈਸਲੇ ਲੈਣ ਦੀ ਜਿਹੜੀ ਹੈਗੀ ਹੈ ਨਾ ਚਾਹ ਖੇਤੀਵ ਹੱਲ ਕਰਨ ਦਾ ਚਾਹ ਉਹ ਕਹਿੰਦਾ ਇਹ ਲੰਬੀ ਲੜਾਈ ਹੈ ਹੂੰ ਤੋ ਕਿਉਂਕਿ ਫਿਰ ਇਹਦੇ ਨਾਲ ਸਰਕਾਰਾਂ ਨੂੰ ਬਾਹ ਮਰਉਣ ਦੇ ਵਿੱਚ ਸੌਕ ਹੋ ਜਾਂਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਪਰ ਜਿਹੜੀ ਗੱਲ ਤੁਸੀਂ ਕੀਤੀ ਵੀ ਸਾਡੇ ਕੋਲੇ ਇੱਕ ਵਿਰਾਸਤ ਹੈ ਸਿੱਖੀ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਵੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਿੱਖਾਂ ਨੇ ਜਦੋਂ ਸੰਘਰਸ਼ ਕੀਤਾ ਸੀ ਤਾਂ ਕਿਸੇ ਤਰੀਕੇ ਦੀ ਹਿੰਸਾ ਨੂੰ ਉਹਨਾਂ ਨੇ ਨਹੀਂ ਅਪਣਾਇਆ ਸੀ ਬਕਾਇਦਾ ਖੁਦ ਉਹਦੇ ਵਿੱਚ ਸ਼ਹਾਦਤਾਂ ਦੇ ਕੇ ਰੇਲਾਂ ਦੇ ਅੱਗੇ ਪੈ ਕੇ ਡਾਂਗਾ ਖਾ ਕੇ ਗੋਲੀਆਂ ਖਾ ਕੇ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਨੂੰ ਇੱਕ ਅੰਜਾਮ ਤੱਕ ਪਹੁੰਚਾਇਆ ਸੀ ਕਿ ਜਿੱਤ ਪ੍ਰਾਪਤ ਕੀਤੀ ਸੀ ਉਹ ਸਾਡੇ ਸਾਹਮਣੇ ਇੱਕ ਵੱਡੀ ਵਿਰਾਸਤ ਹੈ ਜੀ ਮੈਂ ਇਹ ਕਹਿਣਾ ਕਿ ਦੇਖੋ ਜਿਵੇਂ ਅਕਾਲੀ ਦਲ ਹੈ ਹਮ ਅਕਾਲੀ ਦਲ ਨੂੰ ਕੁਝ ਨਹੀਂ ਹੋਇਆ ਜੀ ਅਕਾਲੀ ਦਲ ਦੀ ਲੀਡਰ ਜੀ ਆ ਕੁਐਸਚਨ ਹੋ ਗਈ ਕਿਉਂ ਹਮ ਇਸ ਕਰਕੇ ਕਿ ਗੁਲਵਾਨ ਦਾ ਵਾਕ ਹੈ ਇੱਕ ਜੀ ਜਾ ਕੋ ਕਰਤਾ ਆਪ ਖਵਾਏ ਖਸ ਲਏ ਚੰਗਿਆਈ ਹੂੰ ਇਹ ਬਦਲ ਅਸੂਲ ਬਣ ਗਿਆ ਜੀ ਕਿ ਜਦੋਂ ਤੁਹਾਡੀ ਕ੍ਰੈਡਿਬਿਲਟੀ ਗਵਾਜੇ ਤੁਹਾਡੇ ਪਹਿਲੇ ਕੱਖ ਨਹੀਂ ਰਹਿਦਾ ਹੂੰ ਅਕਾਲੀ ਲੀਡਰਸ਼ਿਪ ਦੀ ਕ੍ਰੈਡਿਬਿਲਟੀ ਗਵਾਜ ਗਈ ਇੱਕ ਗੱਲ ਨਾਲ ਨਹੀਂ ਗਵਾਚੀ ਜੀ ਅਕਾਲੀ ਲੀਡਰਸ਼ਿਪ ਨੂੰ ਅੱਜਕੱਲ ਬਖੌਲ ਕਰਦੇ ਨੇ ਪ੍ਰਧਾਨ ਨੂੰ ਹੂੰ ਵੀ ਭਾਈ ਤੁਹਾਡੀ ਕਿਰਪਾਨ ਕਿੱਥੇ ਹੈ ਤੇਰੀ ਢਾਲੀ ਢਾਲੀ ਖੁੱਲੀ ਕਿਉਂ ਨਹੀਂ ਹੈ ਇਹੋ ਜਿਹੇ ਇਹੋ ਜਿਹੇ ਸਵਾਲ ਕਰਦੇ ਨੇ ਨਾ ਹੁਣ ਮਤਲਬ ਉਹਦੇ ਨਾਲ ਜੁੜੀਆਂ ਹੋਈਆਂ ਕਿੰਨੀਆਂ ਸਾਰੀਆਂ ਗੋਲਾਮਤਾ ਸ਼ੁਰੂ ਹੋ ਜਾਂਦੀਆਂ ਨੇ ਇਹਦਾ ਮਤਲਬ ਇਹ ਹੈ ਕਿ ਕ੍ਰੈਡੀਬਿਲਟੀ ਮਰ ਗਈ ਲੀਡਰਸ਼ਿਪ ਦੀ ਹੁਣ ਪ੍ਰੋਬਲਮ ਇਹ ਹੈ ਕਿ ਅਕਾਲੀ ਦਲ ਦੀ ਜਿਹੜੇ ਕਾਡਰ ਹੈ ਉਹ ਆਪਣੀ ਲੀਡਰਸ਼ਿਪ ਨੂੰ ਬਚਾਉਣ ਤੇ ਲੱਗਿਆ ਹੋਇਆ ਅਕਾਲੀ ਦਲ ਨੂੰ ਬਚਾਉਣ ਤੇ ਨਹੀਂ ਲੱਗਿਆ ਹੋਇਆ ਹੂੰ ਜਦੋਂ ਕਿ ਸਾਹਮਣੇ ਹੈ ਸਿਆਸਤ ਇਹ ਐਸੇ ਵੀ ਇਹੀ ਹੈ ਵੀ ਜੇ ਮਤਲਬ ਇਕੱਲੇ ਹਰਸਿਮਰਤ ਜਾਂ ਸੁਖਵੀਰ ਕਰਕੇ ਥੋੜਾ ਬਦਲ ਬਦਲਣਾ ਕਿਸੇ ਨੇ ਜੀ ਉਹਦੇ ਬਦਲਣ ਤੇ ਹੈ ਓਵਰਆਲ ਸਿਆਸਤ ਕੀ ਹੈ ਜੀ ਓਵਰਆਲ ਸਿਆਸਤ ਕੀ ਬੰਦਾ ਹੈ ਹੁਣ ਮੈਂ ਸੁਣ ਲਿਆ ਸੀ ਮੈਂ ਉਹ ਟੇਪ ਵੀ ਸੁਣੀਆਂ ਸਾਰੀਆਂ ਸੁਣੀਆਂ ਮਤਲਬ ਸਪੀਚੇ ਸੁਣੀਆਂ ਕਿ ਬਾਦਲ ਸਾਹਿਬ ਵੀ ਅੱਜ ਵੀ ਮੈਸਰੇ ਸੁਣ ਕੇ ਆਏ ਸੀ ਕਿ ਉਹਨਾਂ ਨੇ ਉਹ ਅੱਜ ਕੱਲ ਵਜ ਰਹੀ ਹੈ ਜਿਦੇ ਵਿੱਚ ਉਹ ਕਹਿ ਰਹੇ ਨੇ ਵੀ ਇੰਨਾ ਸੋਹਣਾ ਕਾਨੂੰਨ ਲਿਆਂਦਾ ਮੋਦੀ ਨੇ ਤੇ ਇਹ ਕਿਸਾਨਾਂ ਦੇ ਹੱਕ ਵਿੱਚ ਤੇ ਲੋਕ ਇਹਨਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ ਇਹੋ ਹਰਸ਼ਵਰਤ ਕਹਿੰਦੀ ਰਹੀ ਆ ਇਹੋ ਸੁਖਵੀਰ ਕਹਿੰਦਾ ਰਿਹਾ ਉਹ ਚਿੱਠੀ ਲੈ ਕੇ ਆ ਗਿਆ ਮਤਲਬ ਤੋਮਰ ਸਾਹਿਬ ਦਾ ਉਹਨੂੰ ਲੈ ਕੇ ਆ ਗਿਆ ਕੁਝ ਨਹੀਂ ਬਣਿਆ ਉਹ ਭਾਈ ਜੇ ਤੁਹਾਡੀ ਕੋਈ ਸੁਣਦੇ ਨੇ ਤੁਸੀਂ ਕਹਿੰਦੇ ਹੋ ਵੀ ਅਸੀਂ ਹੂਲ ਨਹੀਂ ਦੇਵਾਂਗੇ ਇਹ ਤਾਂ ਕੋਈ ਗੱਲ ਨਹੀਂ ਹੈ ਹੁਣ ਕੀ ਨਹੀਂ ਦਿਓਗੇ ਕਾਨੂੰਨ ਜਿੱਦਾਂ ਮਤਲਬ ਪ੍ਰੈਜ਼ੀਡੈਂਟ ਨੇ ਕਰਤਾ ਦੱਸਲ ਕਰਤਾ ਉਹਨੂੰ ਕਾਨੂੰਨ ਬਣ ਜਾਣਾ ਹੈ ਤੁਸੀਂ ਉਹਨੂੰ ਡਿਫਾਈ ਕਰ ਸਕਦੇ ਹੋ ਕਾਨੂੰਨ ਨੂੰ ਉਹਨੂੰ ਅਨਲੂਟ ਨਹੀਂ ਕਰ ਸਕਦੇ ਨਾ ਤੁਸੀਂ ਉਹਨਾਂ ਜਿਹੜੇ ਬੰਦੇ ਤੁਹਾਡੀ ਐਮਐਸਪੀ ਦਾ ਲਫ਼ਜ਼ ਬੋਲਣ ਨੂੰ ਤਿਆਰ ਨਹੀਂ ਹਨ ਉਹਨਾਂ ਦੀ ਕਹਿਣ ਤੇ ਕਿਵੇਂ ਮੰਨ ਲਿਓਗੇ ਤੁਸੀਂ ਹੂੰ ਇਸ ਕਰਕੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਸਰਕਾਰਾਂ ਦੇ ਮਤਲਬ ਜਿਹੜੇ ਮੌਕੇ ਤੋਂ ਨਿਕਲਣ ਵਾਸਤੇ ਕੁਝ ਵੀ ਕਰ ਦੇਣੀਆਂ ਮਤਲਬ ਇਹ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਨੇ ਪਹਿਲਾਂ ਤਾਂ ਕਹਿੰਦੇ ਨੇ ਵੀ ਉਹ ਸਾਰਾ ਕੁਝ ਠੀਕ ਹੈ ਤੇ ਫਿਰ ਮੁੜ ਕੇ ਅਸਤੀਫਾ ਦੇ ਕੇ ਆ ਜਾਂਦੇ ਨੇ ਤੇ ਉਹਦਾ ਜਸ਼ਨ ਮਨਾਉਂਦੇ ਨੇ ਇੱਕ ਗੱਲ ਇਹਦੇ ਵਿੱਚ ਮੈਂ ਸ਼ਾਮਲ ਕਰਨਾ ਚਾਹੁੰਦਾ ਵੀ ਇਕਲੀ ਦਲ ਦਾ ਸਲੋਗਨ ਰਿਹਾ ਹੈ ਰਾਜ ਨਹੀਂ ਸੇਵਾ ਆਹੋ ਜੇ ਸੇਵਾ ਸੀ ਤਾਂ ਫਿਰ ਛੱਡ ਕੇ ਆਉਣ ਦਾ ਜਸ਼ਨ ਕਾਦਾ ਸੇਵਾ ਛੱਡਣ ਦਾ ਤਾਂ ਕਦੇ ਜਸ਼ਨ ਨਹੀਂ ਹੁੰਦਾ ਇਹ ਇਹ ਦੂਜੇ ਪਾਸੇ ਵੀ ਆ ਪੁੱਠੇ ਪਾਸੇ ਵੀ ਸੇਵਾ ਜਰੀ ਹੈ ਨਾ ਜਦੋਂ ਕਿ ਮਤਲਬ ਖੇਤਰ ਖੇਤਰ ਆਲ ਕਰ ਰਹੀ ਹੋਵੇ ਨਾ ਉਹ ਵੀ ਉਹਨੂੰ ਵੀ ਸੇਵਾ ਹੀ ਕਹਿੰਦੇ ਨੇ ਜੀ ਮਤਲਬ ਇਹ ਇਹ ਜਿਹੜੀ ਮਤਲਬ ਮੈਂ ਕਹਿੰਦਾ ਵੀ ਇਹ ਤਾਂ ਗੱਲ ਹੀ ਨਹੀਂ ਹੈ ਅਕਾਲੀ ਦਲ ਮੈਂ ਐਸਲੇ ਹੁਣ ਕਹਿ ਰਿਹਾ ਤੁਹਾਨੂੰ ਕਿ ਭਾਜਪਾ ਪੰਜਾਬ ਵਿੱਚ ਛੁਗੜ ਗਈ ਹੈ ਬਿਲਕੁਲ ਭਾਜਪਾ ਨੂੰ ਇਸ ਮੂਵਮੈਂਟ ਵਿੱਚ ਲਾਤ ਅਡਾਉਂਦਾ ਕੋਈ ਰਾਹ ਨਹੀਂ ਹੈ ਜਿਹੜਾ ਲਾਤ ਅਡਾਉਣ ਲੱਗਣਗੇ ਲਾਤ ਤੋੜ ਦੇਣਗੇ ਜੀ ਪਰ ਅਬ ਥਰੂ ਅਕਾਲੀ ਉਹ ਲਗਾਤਾਰ ਇੰਟਰਵਿਊ ਰਿਸਰਚ ਕਰਦੇ ਲੇਗੇ ਅਕਾਲੀਆਂ ਦੀ ਨਹੀਂ ਸਾਫ ਹੈ ਅਕਾਲੀ ਹੁਣ ਵੀ ਗਈ ਜਾਂਦੇ ਨੇ ਕਿ ਕਿਉਂਕਿ ਸੁਖਬੀਰ ਸਿੰਘ ਬਦਲ ਚਲਾ ਗਿਆ ਉੱਥੇ ਆਪਣੇ ਟਰੈਕਟਰ ਤੇ ਚੜ ਕੇ ਜੀ ਪੇ ਮਨਿੰਦਰ ਕਿਉਂ ਨਹੀਂ ਆਇਆ ਹੂੰ ਉਹ ਭਾਈ ਅਮਰਿੰਦਰ ਅਮਰਿੰਦਰ ਨੂੰ ਪੁੱਛੋ ਇਸ ਸੁਖਵੀਰ ਸੁਖਵੀਰ ਹੈ ਤੁਸੀਂ ਦੇ ਵੇਲੇ ਹੋ ਤੁਸੀਂ ਆਉਣਾ ਹੀ ਹੁਣ ਜੀ ਮੇਰਾ ਮਤਲਬ ਇਹ ਹੈ ਕਿ ਤੁਸੀਂ ਦੇ ਵਿੱਚ ਇਸ ਕਰਕੇ ਜਾ ਰਿਹਾ ਕਿ ਤੁਸੀਂ ਵਿੱਚ ਰਹੋ ਹੂੰ ਮੈਂ ਤੇ ਹੈਰਾਨ ਹੋ ਗਿਆ ਕਿ ਇੱਕ ਅਕਾਲੀ ਲੀਡਰ ਚੰਗਾ ਪੜਾਇਆ ਕਹਿੰਦਾ ਹੈ ਕਿ ਜਲੋ ਮਤਲਬ ਕੁਐਰੈਂਟਾਈਨ ਹੋਇਆ ਅਮਰਿੰਦਰ ਤੇ ਉਸ ਮਤਲਬ ਸਰਕਾਰੀ ਹਸਪਤਾਲ ਚ ਨਹੀਂ ਕਿਉਂ ਨਹੀਂ ਗਿਆ ਮਤਲਬ ਤੁਸੀਂ ਦੱਸੋ ਕੀ ਕੁਐਸ਼ਨ ਹੈ ਹਮ ਜਦੋਂ ਕਿ ਆਗਿਆ ਸਾਰਿਆਂ ਨੂੰ ਵੀ ਤੁਸੀਂ ਆਪਣੇ ਘਰ ਚ ਕੋਰੈਂਟਨ ਹੋ ਜਾਓ ਮੇਰਾ ਮਤਲਬ ਇਹ ਹੈ ਕਿ ਭਾਈ ਸਿਆਸਤ ਮੈਂ ਕਹਿਣਾ ਇਹ ਚੱਲਿਆ ਮੈਨੂੰ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਆਹ ਗੱਲ ਠੀਕ ਦਾ ਗਲਤ ਮੈਂ ਕਹਿੰਦਾ ਵੀ ਆਪਣੀ ਆਪਣੀ ਸਿਆਸਤ ਜਿਹੜੀ ਜੇ ਪਾਰਟੀਆਂ ਕਰਦੀਆਂ ਨੇ ਜਿਵੇਂ ਚੈਨਲਾਂ ਦੇ ਹੋ ਰਹੀ ਹੈ ਹਮ ਜੇ ਇਹਨਾਂ ਨੇ ਕਿਸਾਨ ਸਵਾਦ ਜੀ ਐਜੀਟੇਸ਼ਨ ਨੂੰ ਇਹ ਪਲੇਟਫਾਰਮ ਬਣਾ ਲਿਆ ਕਿ ਉੱਥੇ ਸਾਰੇ ਜਿਹੜੇ ਨੇ ਆਡਲ ਬੈਠੇ ਇੱਕ ਦੂਜੇ ਨੂੰ ਮਤਲਬ ਕੁੱਤੋਂ-ਕੁੱਤੀ ਹੋ ਜਾਂਦੇ ਨੇ ਤੇ ਇਹ ਫੇਰ ਉਹਨੂੰ ਨੁਕਸਾਨ ਹੋਏਗਾ ਮੈਨੂੰ ਕਿਸਾਨਾਂ ਨੇ ਕਰ ਲਿਆ ਫੈਸਲਾ ਇਹ ਜੀ ਉਹ ਕਹਿ ਰਹੇ ਨੇ ਕਿ ਪੋਲੀਟੀਸ਼ਨ ਦੇ ਤੌਰ ਤੇ ਨਾ ਆਓ ਉਹ ਪੋਲੀਟੀਸ਼ਨ ਨੂੰ ਪੋਲੀਟੀਸ਼ਨ ਵਾਂਗੂੰ ਥਾਂ ਨਹੀਂ ਦੇ ਰਹੇ ਜੀ ਪਰ ਇਹ ਜਿਹੜੇ ਪੋਲੀਟੀਸ਼ਨ ਨੇ ਜਿਹੜੇ ਲੀਡਰਸ਼ਿਪ ਹੈ ਪੰਜਾਬ ਦੀ ਆਡਲ ਪਾਰਟੀਆਂ ਦੀ ਉਹ ਕਿਸਾਨੀ ਲੀਡਰਸ਼ਿਪ ਨਾਲੋਂ ਤਗੜੀ ਹੈ ਤੁਸੀਂ ਕਿਉਂਕਿ ਮੈਂ ਇੱਕ ਵਾਰ ਤੁਹਾਡੇ ਕੋਲ ਆ ਕੇ ਕਿਸਾਨੀ ਲੀਡਰਸ਼ਿਪ ਜਿਹੜੀ ਆ ਉਹ ਵੀ ਐਬਸੈਂਟੀ ਫਾਰਮਰ ਨੇ ਐਕਟਿਵ ਫਾਰਮਰ ਉਹਨਾਂ ਦੇ ਕੋਈ ਨਹੀਂ ਗਾ ਮੈਂ ਉਹੀ ਗੱਲ ਕਰਨਾ ਚਾਹੁੰਦਾ ਵੀ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹ ਤਾਂ ਆਪਣੀ ਸਿਆਸਤ ਕਰ ਰਹੀਆਂ ਨੇ ਉਹ 2022 ਦਾ ਜਹਾਜ਼ ਉਹਨਾਂ ਨੇ ਬਣਾ ਲਿਆ ਕਿਸਾਨੀ ਸੰਘਰਸ਼ ਨੂੰ ਵੀ ਇਹ ਤੇ ਅਸੀਂ ਚੜ ਕੇ 2022 ਦਾ ਜਹਾਜ਼ ਅਸੀਂ ਪਾਰ ਕਰ ਲਾਂ ਪਰ ਜਦੋਂ ਅਸੀਂ ਗੱਲ ਕਰਦੇ ਆ ਆਗੂ ਦੀ ਕਿਸਾਨ ਅਸੀ ਯੂਨੀਅਨਾਂ ਦੀ ਗੱਲ ਕਰਦੇ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤਿਕ ਉਹਨਾਂ ਦੇ ਮਫਾਦ ਨੇ ਉਹਨਾਂ ਦੇ ਸਿਧਾਂਤਕ ਜੁੜੀਆਂ ਹੋਈਆਂ ਨੇ ਜਾਂ ਰਾਜਨੀਤਿਕ ਤੌਰ ਤੇ ਜੁੜੀਆਂ ਹੋਈਆਂ ਨੇ ਆਗੂ ਦੀ ਨੀਅਤ ਇੱਕੋ ਹੁੰਦੀ ਹੈ ਆਗੂ ਦਾ ਜਿਹੜਾ ਸਲੀਕਾ ਉਹ ਇੱਕੋ ਹੁੰਦਾ ਆਗੂ ਦਾ ਦੇਖਣ ਸੋਚਣ ਸਮਝਣ ਦਾ ਜਿਹੜਾ ਤਰੀਕਾ ਉਹ ਇੱਕੋ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਵੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਕੋਈ ਕੱਜ ਹੈਗਾ ਜਾਂ ਕਿਸੇ ਸੰਘਰਸ਼ ਨੂੰ ਪੂਰ ਕਰਦੇ ਨੇ ਬਿਲਕੁਲ ਮੈਂ ਮਤਲਬ ਇਹ ਗੱਲ ਤੇ ਬੱਕਾ ਹਾਂ ਕਿ ਕਿਸਾਨ ਯੂਨੀਅਨ ਦੇ ਆਗੂ ਅਸਲ ਵਿੱਚ ਵੱਡਾ ਸੰਘਰਸ਼ ਲਾ ਰਹੇ ਨੇ ਤੇ ਉਹ ਮੈਨੂੰ ਇਹ ਚੰਗਾ ਲੱਗਦਾ ਤੇ ਮ ਕਰਦਾ ਮੈਂ ਉਹਨਾਂ ਨੂੰ ਸਾਬਾਸ਼ ਵੀ ਦੇਣਾ ਪਰ ਉਹ ਸਾਰੇ ਜੇਕ ਦੇ ਉਹਨਾਂ ਨੂੰ ਕਿਸਾਨੀ ਤੇ ਅੱਗੇ ਰੱਖਣੀ ਹੋਵੇ ਤੇ ਫਿਰ ਇੰਨੇ ਇੰਨੇ ਸ਼ੇਡਸ ਕਿਉਂ ਜੀ ਕਿਸਾਨੀਅਤ ਕਮਿਊਨਿਸਟਾਂ ਵਾਂਗ ਕਿਵੇਂ ਬਚਾਉਣੀ ਹੈ ਕਿਸਾਨੀਅਤ ਮਤਲਬ ਭਾਜਪਾ ਵਾਂਗ ਕਿਵੇਂ ਬਚਾਉਣੀ ਹੈ ਕਾਂਗਰਸ ਵਾਂਗ ਕਿਵੇਂ ਬਚਾਉਣੀ ਹੈ ਕਮਿਊਨਿਸਟਾਂ ਵਾਂਗ ਕਿਵੇਂ ਬਚਾਉਣੀ ਹੈ ਇਹ ਕੀ ਗੱਲ ਹੈ ਬਲਾ ਕਿਸਾਨ ਅਸੀਂ ਯੂਨੀਅਨਾਂ ਦੀ ਗੱਲ ਕਰਦੇ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤਿਕ ਉਹਨਾਂ ਦੇ ਮਫਾਦ ਨੇ ਉਹਨਾਂ ਦੇ ਸਿਧਾਂਤਕ ਜੁੜੀਆਂ ਹੋਈਆਂ ਨੇ ਜਾਂ ਰਾਜਨੀਤਿਕ ਤੌਰ ਤੇ ਜੁੜੀਆਂ ਹੋਈਆਂ ਨੇ ਆਗੂ ਦੀ ਨੀਅਤ ਇੱਕੋ ਹੁੰਦੀ ਹੈ ਆਗੂ ਦਾ ਜਿਹੜਾ ਸਲੀਕਾ ਉਹ ਇੱਕੋ ਹੁੰਦਾ ਆਗੂ ਦਾ ਦੇਖਣ ਸੋਚਣ ਸਮਝਣ ਦਾ ਜਿਹੜਾ ਤਰੀਕਾ ਉਹ ਇੱਕੋ ਹੁੰਦਾ ਕੀ ਤੁਹਾਨੂੰ ਲੱਗਦਾ ਵੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਕਿ ਸੰਘਰਸ਼ ਨੂੰ ਪੂਰ ਕਰ ਦਿੰਦੇ ਨਹੀਂ ਮਿਲੀ ਉਹ ਬੰਦੇ ਜਿਹੜੇ ਨੇ ਹੁਣ ਇਸ ਵੇਲੇ ਮਤਲਬ ਇਹ ਦੇ ਰਾਹੀਂ ਸਿਆਸਤ ਵਿੱਚ ਆਉਣਾ ਚਾਹੁੰਦੇ ਸੀ ਹੁਣ ਇਹ ਜਿਹੜੀ ਗੱਲ ਹੈ ਕਿਸਾਨ ਦੀ ਇਸ ਵੇਲੇ ਮੂਵਮੈਂਟ ਦੇ ਖਿਲਾਫ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਦੀ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਹੂੰ ਉਹਦਾ ਹਾਲ ਕਿਸਮ ਦੀ ਸਿਆਸਤ ਨਾਲ ਸਿੱਧਾ ਟਕਰਾਅ ਹੋਇਆ ਹੈ ਜੀ ਉਹ ਜੇ ਕਿਸੇ ਇੱਕ ਨਾਲ ਹੋ ਸਕਦੇ ਨੇ ਕਿਸੇ ਇੱਕ ਨਾਲ ਨਹੀਂ ਹੋ ਸਕਦੇ ਕਿਸਾਨਾਂ ਯੂਨੀਅਨ ਚ ਬਥੇਰੇ ਹਰ ਇੱਕ ਪਾਰਟੀ ਨਾਲ ਹੈਗੇ ਨੇ ਹੁਣ ਉਹਨਾਂ ਦੇ ਟਕਰਾਅ ਤੋਂ ਕਿਵੇਂ ਬਚਣਾ ਹੈ ਇਹਦੇ ਬਾਰੇ ਸੋਚਿਆ ਜਾਣਾ ਚਾਹੀਦਾ ਸੀ ਜਿਹੜੇ ਨੌਜਵਾਨ ਜਿਹੜੇ ਕਲਾਕਾਰ ਅੱਗੇ ਆ ਰਹੇ ਨੇ ਉਹਨਾਂ ਨੂੰ ਇਹਦੀ ਪ੍ਰੋਗਰਾਮਿੰਗ ਕਰਨ ਵਿੱਚ ਜੋੜ ਲੈਣਾ ਚਾਹੀਦਾ ਜੀ ਜੇ ਅਸੀਂ ਪ੍ਰੋਗਰਾਮਿੰਗ ਠੀਕ ਕਰ ਲਿਆ ਨਾ ਕਿਸਾਨ ਯੂਨੀਅਨ ਆ ਤਾਂ ਇਸ ਹੱਦ ਤੱਕ ਉਹਨਾਂ ਨੂੰ ਕਹਿ ਤਾ ਆ ਵੀ ਤੁਸੀਂ ਸਾਡੀ ਸਟੇਜ ਤੇ ਨਾ ਕੱਲ ਹਰ ਭਜਨ ਮਾਨ ਵੀ ਨਾਭੇ ਗਏ ਸੀ ਤਾਂ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਕਹਿੰਦੇ ਸੀ ਸੰਬੋਧਨ ਕਰਕੇ ਜਿਹੜੇ ਉੱਥੇ ਸਟੇਜ ਤੇ ਸਾਹਮਣੇ ਸੀ ਉਹ ਕਹਿੰਦੇ ਵੀ ਕੋਈ ਨਹੀਂ ਇੱਕ ਹਰ ਭਜਨ ਮਾਨ ਆਇਆ ਇਹ ਜੇ ਹੋਰ ਬਥੇਰੇ ਆਉਣਗੇ ਹੂੰ ਸੋ ਇਹ ਜਿਹੜਾ ਲੈਜ਼ਾ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਨਹੀਂ ਬਿਲਕੁਲ ਠੀਕ ਹੈ ਹੂੰ ਲੈਜ਼ੇ ਦੇ ਤੌਰ ਤੇ ਠੀਕ ਹੈ ਪਰ ਮੈਂ ਕਹਿੰਦਾ ਜਿਹੜਾ ਐਂਟਰਟੇਨਰ ਹੈ ਨਾ ਹੂੰ ਉਹ ਉਹਦੇ ਸਾਹਮਣੇ ਐਂਟਰਟੇਨਰ ਦੇ ਸਾਹਮਣੇ ਆਡੀਅנס ਹੁੰਦੀ ਹੈ ਨੀ ਉਹ ਐਂਟਰਟੇਨਮੈਂਟ ਕਰਦਾ ਗੱਲਾਂ ਕਰਾਈ ਹੁੰਦੀ ਹੈ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਵੀ ਉਹ ਸਟੇਜ ਤੇ ਚੜ ਕੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਥੱਲੇ ਲੋਕਾਂ ਚ ਹੀ ਬੈਠੇ ਸੀ ਤੁਸੀਂ ਯੰਗ ਬੰਦੇ ਹੋ ਮੈਂ ਮਤਲਬ ਬੁੱਢਾ ਹੋ ਗਿਆ ਜੀ ਮੈਂ ਐਂ ਡਾਇਰੈਕਟ ਅੱਖਾਂ ਵਿੱਚ ਕੇ ਭਰੋਸਾ ਨਹੀਂ ਕਰ ਸਕਦਾ ਮੈਂ ਸਮਝਦਾ ਕਿ ਜਿਹੜਾ ਐਂਟਰਟੇਨਰ ਹੈ ਉਹ ਚੰਗਾ ਪੋਲਿਟਿਸ਼ੀਅਨ ਨਹੀਂ ਹੁੰਦਾ ਜੀ ਐਂਟਰਟੇਨਰ ਦੀ ਮਦਦ ਬਹੁਤ ਬਹਿਣੇ ਰੱਖਦੀ ਹੈ ਹਮ ਕਿਉਂਕਿ ਪਬਲਿਕ ਜਿਹੜੀ ਆ ਉਹਨੂੰ ਬੰਨ੍ਹ ਕੇ ਰੱਖਣ ਵਾਸਤੇ ਪਬਲਿਕ ਵਿੱਚ ਗੱਲ ਜਿਹੜੀ ਪਹੁੰਚਾਉਣ ਵਾਸਤੇ ਐਂਟਰਟੇਨਰ ਜਿਹੜਾ ਬੜਾ ਕੰਮ ਆਉਂਦਾ ਹਮ ਪਰ ਮੈਂ ਮੋ ਹੂੰ ਉਹਨੂੰ ਪੋਲਿਟਿਕਸ ਨਹੀਂ ਆਉਂਦੀ ਉਹਨੂੰ ਤੇ ਲੋਕਾਂ ਨੂੰ ਬਿਫੂਲ ਕਰਨਾ ਹੀ ਆਉਂਦਾ ਹੂੰ ਉਹ ਤੇ ਗੱਲ ਨੂੰ ਕਹਿਣਾ ਹੀ ਜਾਣਦਾ ਕੋਈ ਗੱਲ ਨੂੰ ਵੇਚਣਾ ਹੀ ਜਾਣਦਾ ਐਂਟਰਟੇਨਰ ਜਿਹੜਾ ਹੈ ਏਸ ਕਰਕੇ ਮੈਂ ਮੈਂ ਕਲਾਕਾਰਾਂ ਦੇ ਭਲੇ 'ਚ ਮੇਰੀ ਇਹ ਹੈ ਦੇਖੋ ਮੈਂ ਇੱਕ ਗੱਲ ਜਿਹੜੀ ਤੁਸੀਂ ਕਰਦੇ ਮੈਂ ਇੱਕ ਗੱਲ ਵਿੱਚ ਸਾਂਝੀ ਕਰਦਾ ਵੀ ਜਗ ਗੱਲ ਜਿਹੜੀ ਤੁਸੀਂ ਕਰਦੇ ਸੀ ਵੀ ਅਕਾਲੀ ਦਲ ਦੇ ਬੰਦੇ ਅਕਾਲੀ ਦਲ ਨੂੰ ਬਚਾਉਣ ਤੇ ਲੱਗੇ ਕਿਤੇ ਤਾਂ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣਾ ਸੀ ਵੀ ਜਦੋਂ ਧੜੇਬੰਦੀ 'ਚ ਬੰਦੇ ਜਾਂਦੇ ਤਾਂ ਧੜੇਬੰਦੀ ਨੂੰ ਬਚਾਉਣ ਦਾ ਜ਼ਿਕਰ ਪਹਿਲਾਂ ਹੋ ਜਾਂਦਾ ਤਾਂ ਕੀ ਕਿਸਾਨ ਜਿੱਥੇ ਬੰਦੀਆ ਉਧਰ ਨੂੰ ਨਾ ਤੁਰ ਪੈਣ ਹਾਂ ਮੇਰੇ ਇਹ ਹੋ ਸਕਦਾ ਹੈ ਵੀ ਜਦੋਂ ਜਦੋਂ ਇੱਕ ਸੈਂਟਰ ਨਾਲ ਗੱਲ ਚੱਲਣੀ ਹੈ ਜਿਹੜਾ ਕਿ ਸੈਂਟਰ ਜਿਹੜਾ ਲਗਾਤਾਰ ਲੱਗਿਆ ਹੋਇਆ ਸਾਧ ਹੈ ਤੇ ਉਦੋਂ ਇਹ ਕੰਪੀਟੀਸ਼ਨ ਵੀ ਚੱਲਣਾ ਹੈ ਹੂੰ ਤੇ ਅੱਗੇ ਕਿਨੇ ਲੱਗਣਾ ਤੇ ਪਿੱਛੇ ਕਿਨੇ ਲੱਗਣਾ ਹੈ ਤੇ ਬੜਾ ਪੋਲਿਟਿਸ਼ੀਅਨ ਪੋਲਿਟਿਕਸ ਤੇ ਬੜਾ ਵੱਡਾ ਹੰੌਲਾ ਹੈ ਵੀ ਗੱਡੀ ਅੱਗੇ ਕਿਦੀ ਜਾ ਰਹੀ ਹੈ ਤੇ ਮਗਰ ਕਿਦੀ ਜਾ ਰਹੀ ਹੈ ਇਸ ਕਰਕੇ ਇਹ ਤਾਂ ਕਹਿ ਹੀ ਸਕਦੇ ਪਰ ਮੈਂ ਇਹ ਕਹਿਣਾ ਤੁਹਾਨੂੰ ਲੱਗਦਾ ਵੀ ਇਹ ਸੰਘਰਸ਼ ਨੂੰ ਕਲਾਕਾਰਾਂ ਦੇ ਨਾਲ ਬਲ ਮਿਲਿਆ ਬਲ ਮਿਲਿਆ ਜੀ ਕਲਾਕਾਰਾਂ ਦਾ ਕਿਉਂਕਿ ਐਸੇਲੇ ਮੁੱਦਾ ਨਹੀਂ ਹੈ ਸਿਆਸਤ ਦਾ ਮੁੱਦਾ ਸਿਆਸਤਦਾਨ ਦੇ ਮੁੱਦੇ ਵਰਗਾ ਮੁੱਦਾ ਕੋਈ ਨਹੀਂ ਉਹਨਾਂ ਦਾ ਜੀ ਕਿਉਂਕਿ ਉਹਨਾਂ ਨੂੰ ਸਟੇਜ ਜਿਹੜੀ ਹੈ ਪਬਲਿਕ ਜਿਹੜੀ ਹੈ ਉਹ ਬਾਦ ਚਾਹੀਦੀ ਹੈ ਤੇ ਉਹਨਾਂ ਦੀ ਆਪਣੀ ਹੈ ਵੀ ਉਹਨਾਂ ਦੇ ਆਪਣੇ ਸਰਕਲ ਬਣੇ ਹੋਏ ਨੇ ਪਰ ਮੈਂ ਇਹ ਸਮਝਦਾ ਕਿ ਫਾਇਦਾ ਬਹੁਤ ਹੈ ਪਰ ਅਸੀਂ ਇਹਨਾਂ ਨੂੰ ਉਹਨਾਂ ਦੇ ਇਸគ្រੈਡਡਪੈਨਿੰਗ ਕਰ ਸਕਦੇ ਵੀ ਉਹ ਗੱਲ ਨੂੰ ਮਤਲਬ ਉਤਸ਼ਾਹਤ ਤੇ ਕਰ ਸਕਦੇ ਚੜ੍ਹਦੀ ਕਲਾ ਵਿੱਚ ਤੇ ਲੈ ਆ ਸਕਦੇ ਨੇ ਹੂੰ ਪਰ ਉਹਨੂੰ ਹੱਲ ਵਾਲੇ ਪਾਸੇ ਨਹੀਂ ਲਿਜਾ ਸਕਦੇ ਪਰ ਸਾਨੂੰ ਕੋਈ ਆਗੂ ਦਿਖਦਾ ਐ ਅਸੀਂ ਰਾਜਨੀਤਿਕ ਧਿਰਾਂ ਦੇਖ ਲਈਆਂ ਉਹਦੇ ਚ ਸਾਰੇ ਆਪਸ ਤੂ ਤੂ ਮੈ ਮੈ ਕਰਨ ਤੇ ਲੱਗੇ ਹੋਏ ਨੇ ਕਿਸਾਨ ਆਗੂਆਂ ਦੇ ਅਸੀਂ ਪਛੋਕੜ ਅਸੀਂ ਜਾਣਦੇ ਆ ਤਾਂ ਸਾਨੂੰ ਕਿਹੜਾ ਆਗੂ ਦਿਖਦਾ ਵੀ ਅਸੀਂ ਉਹਦੇ ਮਗਰ ਲੱਗ ਜਾਈਏ ਇਹਦਾ ਵਾਸਤੇ ਹੁਣ ਆਗੂ ਨਹੀਂ ਦਿਸਣਾ ਆਗੂ ਦੀ ਪ੍ਰੋਬਲਮ ਜਿਹੜੀ ਐ ਮੋਦੀ ਨੇ ਸਾਹਮਣੇ ਲੈ ਆਂਦੀ ਐ ਜੀ ਕਲੈਕਟਿਵ ਲੀਡਰਸ਼ਿਪ ਚਾਹੀਦੀ ਐ ਬਿਲਕੁਲ ਇਹ ਕਿਸਾਨ ਯੂਨੀਅਨ ਜਿਹੜੀ ਐ ਨੇ ਉਹਨਾਂ ਨੂੰ ਇਕੱਠੇ ਹੋਣਾ ਪਏਗਾ ਤੇ ਆਪਣਾ ਲੀਡਰ ਆਪ ਆ ਬੰਨਾ ਪਏਗਾ ਇਹ ਪੰਚਾਇਤੀ ਸਿਸਟਮ ਸੰਗਤੀ ਸਿਸਟਮ ਜਿਹੜਾ ਹੈ ਪੰਚਾਇਤੀ ਸਿਸਟਮ ਜਿਹੜਾ ਹੈ ਉਹ ਉਹ ਇੰਝ ਕੰਮ ਆਏਗਾ ਲੀਡਰ ਨੇ ਕੰਮ ਨਹੀਂ ਆਉਣਾ ਤੁਹਾਨੂੰ ਲੱਗਦਾ ਵੀ ਲੋਕਾਂ ਨੇ ਜਿਹੜਾ ਸੰਘਰਸ਼ ਹਰ ਸਿਮਰਤ ਕੌਰ ਬਾਦਲ ਦੇ ਉੱਤੇ ਬਣਾਇਆ ਉਹਨੂੰ ਅਸਤੀਫਾ ਦੇਣਾ ਪਿਆ ਹੈ ਜਾਂ ਕੇਂਦਰ ਸਰਕਾਰ ਤੇ ਬਣਾਇਆ ਹੋਇਆ ਉਹੀ ਜਿਹੜਾ ਦਬਾਅ ਹੈ ਆਪਣੇ ਕਿਸਾਨੀ ਆਗੂਆਂ ਤੇ ਵੀ ਬਣਾਉਣਾ ਚਾਹੀਦਾ ਦੇਖੋ ਗੱਲ ਕਿਸਾਨ ਉਹ ਦਬਾਅ ਬਣਿਆ ਹੋਇਆ ਹੈ ਜੀ ਇਹ ਦਬਾਅ ਸਿਆਸਤ ਵਿੱਚ ਰਹਿੰਦਾ ਹੈ ਮੈਂ ਜਿਹੜਾ ਟੌੜ ਜੀ ਤੁਹਾਨੂੰ ਗੱਲ ਦੱਸਣਾ ਚਾਹਾਂ ਜੀ ਮਤਲਬ ਇਸ ਕਰਕੇ ਤੁਹਾਡੀ ਆਡੀਅנס ਦੱਸਣਾ ਚਾਹਾਂ ਵੀ ਉਹ ਇੱਕ ਸੰਤ ਕਹਿ ਰਿਹਾ ਸੀ ਕਿ ਮੈਂ ਮਸਾ ਟਕਾਉਣਾ ਛੱਡ ਦਿੱਤਾ ਹੁਣ ਮੈਂ ਪੰਥਕ ਹੋ ਗਿਆ ਹੂੰ ਤੋ ਉਹ ਕਹਿੰਦਾ ਜਿਹੜਾ ਪੰਥਕ ਛਿਤਰਾ ਤੋਂ ਡਰਦਾ ਪੰਥਕ ਹੋਇਆ ਕਾਲਾ ਪੰਥਕ ਹੋਇਆ ਠੀਕ ਹੈ ਇਸ ਕਹਿੰਦੇ ਕਿਸਾਨ ਪ੍ਰੈਸ਼ਰ ਜਿਹੜਾ ਹੈ ਉਹਦੇ ਤੋਂ ਡਰਦੇ ਹੂੰ ਉਹਦੇ ਤੋਂ ਮਤਲਬ ਬਚਣ ਵਾਸਤੇ ਉਹਨੂੰ ਮਤਲਬ ਵਰਤਣ ਵਾਸਤੇ ਜਿਹੜੇ ਜਿਹੜੇ ਅੱਗੇ ਲੱਗੇ ਹੋਏ ਨੇ ਨਾਲ ਲੱਗੇ ਹੋਏ ਨੇ ਉਹ ਨਾਲ ਲੱਗੇ ਨਾ ਜਾਣਾ ਹੂੰ ਇਹ ਬੜੀ ਵੱਡੀ ਪੇਨ ਹੈ ਜਿਹੜੀ ਹਰ ਦਿਲ ਅੰਦਰ ਹੈ ਜੀ ਪਰ ਇਸ ਪੇਨ ਦਾ ਹੱਲ ਜਿਹੜਾ ਹੈ ਉਹ ਮੋਦੀ ਕੋਲ ਉਹਨਾਂ ਨਹੀਂ ਜਿਹੜਾ ਸਾਡੇ ਆਪਣੇ ਕੋਲ ਹੈ ਅਸੀਂ ਪਹਿਲਾਂ ਦੇ ਖੜੇ ਰਹੇ ਤੇ ਹਾਰ ਕੇ ਵੀ ਜਿੱਤਾਂਗੇ ਹੂੰ ਜੇ ਅਸੀਂ ਪੈਰ ਛੱਡ ਗਏ ਤੇ ਜਿੱਤ ਕੇ ਵੀ ਹਾਰ ਜਾਵਾਂਗੇ ਅਸੀਂ ਕਿੰਨੇ ਸਿਆਸਤਦਾਨਾਂ ਨੂੰ ਦੇਖਿਆ ਵੀ ਉਹਨਾਂ ਨੇ ਸੰਘਰਸ਼ ਹੁਣ ਤੱਕ ਤਾਰ ਪਿੱਡੂ ਕੀਤੇ ਨੇ ਕਿਤੇ ਨਾ ਕਿਤੇ ਮਿਲਗੋਬਾ ਜਾ ਕਰਕੇ ਉਹ ਸਾਨੂੰ ਕਿਸੇ ਹੋਰ ਰਾਹੇ ਪਾ ਦਿੰਦੇ ਨੇ ਤੇ ਜੇ ਉਦੀ ਜਗ੍ਹਾ ਕੋਈ ਆਮ ਕਿਸਾਨ ਆਮ ਕਿਸਾਨ ਪਰਿਵਾਰ ਦੇ ਵਿੱਚੋਂ ਇੱਕ ਕਲਾਕਾਰ ਹੋਵੇ ਜਾਂ ਕੋਈ ਪ੍ਰੋਫੈਸਰ ਹੋਵੇ ਜਾਂ ਕੋਈ ਹੋਰ ਲੀਡਰ ਹੋਵੇ ਜੇ ਉਹ ਏਸ ਪੇਟ ਦੇ ਵਿੱਚ ਅੱਗੇ ਲੱਗਦਾ ਹੈ ਤਾਂ ਉਹਦੇ ਵਿੱਚ ਕੀ ਬੁਰਾਈ ਹੈ ਨਹੀਂ ਐਸੇ ਤੇ ਲੀਡਰਸ਼ਿਪ ਅੱਗੇ ਆਉਣ ਨਹੀਂ ਜਾਏਗੀ ਜੀ ਕਿਹੜੀ ਕਿਸਾਨ ਲੀਡਰ ਚ ਬੈਨੇ ਦਿੰਦੀ ਡਟੀ ਬੈਠੀ ਹੈ ਕਿ ਉਹ ਮਤਲਬ ਉਹ ਨਹੀਂ ਆਉਂਦਾ ਹੈਗੀ ਨਾ ਠੀਕ ਹੈ ਉਹ ਤਾਂ ਸਿਆਸਤ ਵਰਗੀ ਸਿਆਸਤ ਹੈ ਪਰ ਉੰਜ ਜਿਹੜਾ ਕੰਮ ਇਹੋ ਜੀ ਜਿਲ੍ਹੇ ਤੇ ਪੋਟੈਂਸ਼ੀਅਲ ਹੈਗਾ ਇਹ ਜੇ ਉਹ ਵਿੱਚ ਖੜਾ ਹੈ ਤੇ ਉਹ ਆ ਜਾਏਗਾ ਆਪਣੇ ਆਪ ਹੀ ਆ ਜਾਏਗਾ ਆਪਣੇ ਆਪ ਆ ਜਾਏਗਾ ਬਿਲਕੁਲ ਆ ਜਾਏਗਾ ਬਿਲਕੁਲ ਆ ਜਾਏਗਾ ਬਿਲਕੁਲ ਆਏਗਾ ਜੀ ਸੋ ਇਹਦੇ ਵਿੱਚ ਦੇਖਦੇ ਹਾਂ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੈ ਜਿਹੜਾ ਕਿਸੇ ਇਹ ਤਨਪਤਨ ਲੱਗੂਗਾ ਇਹ ਸੰਘਰਸ਼ ਨੇ ਜਿਤਨਾ ਜੀ ਇਹ ਸੰਘਰਸ਼ ਨਹੀਂ ਹਾਰ ਸਕਦਾ ਕਿਉਂਕਿ ਇਹ ਮੁੱਦੇ ਨਾਲ ਤੱਲਕ ਨਹੀਂ ਰੱਖਦਾ ਕੱਲਾ ਇਹ ਮਤਲਬ ਬਿਲਕੁਲ ਇੱਕ ਵਿਰਾਸਤ ਨਾਲ ਤੱਲਕ ਰੱਖਦਾ ਹੈ ਜੀ ਤੁਸੀਂ ਇਹ ਦੱਸੋ ਵੀ ਜਦ ਹਿੰਦੁਸਤਾਨ ਵਿੱਚ ਮੋਦੀ ਸਾਹਿਬ ਦੀਆਂ ਪਾਲਿਸੀ ਜਿਹੜੀਆਂ ਨੇ ਲਗਾਤਾਰ ਮਤਲਬ ਡੀਮੋਨਟਾਈਜੇਸ਼ਨ ਤੋਂ ਜਿਆ ਫੇਲ ਹੋਈਆਂ ਤੁਰੀਆਂ ਤੇ ਐਸਲੇ ਜੀਲਪੀ ਜਿਹੜੀ ਹੈ ਮਾਈਨਸ 23 ਤੇ ਚੱਲੀ ਗਈ ਹੈ ਜੀ ਕੱਲੀ ਕਿਸਾਨੀ ਦੀ ਜਿਹੜੀ ਹੈ ਪਲੱਸ ਤੇ ਆ ਹਮ ਹੁਣ ਕਿਸਾਨੀ ਹੀ ਹਿੰਦੁਸਤਾਨ ਨੂੰ ਬਚਾ ਸਕਦੀ ਹੈ ਇਹ ਮੋਦੀ ਵੀ ਕਹੀ ਜਾਂਦਾ ਹੈ ਪਾ ਲੈ ਉਹ ਪੈਸਾ ਲੈਂਦਾ ਉਦੋਂ ਨੂੰ ਇਹ ਆ ਕਿ ਕਿਸਾਨੀ ਜਿਹੜੀ ਹੈ ਬਾਕੀ ਵੰਡਗੀ ਕਰੋ ਹੂੰ ਮਤਲਬ ਉਹ ਗਲਤ ਹੈ ਇਸ ਕਰਕੇ ਇਹ ਜਿਹੜੀ ਗੱਲ ਹੈ ਮੋਦੀ ਨੇ ਡਿਬੇਟ ਨਹੀਂ ਹੋਣ ਦਿੱਤੀ ਮੋਦੀ ਨੇ ਮੋਦੇ ਨਹੀਂ ਵਿਚਾਰੇ ਜਾਣ ਦਿੱਤੇ ਮੋਦੀ ਨੇ ਇਹ ਧੱਕਾ ਕੀਤਾ ਤੇ ਉਹਨੂੰ ਇਸ ਧੱਕੇ ਨੂੰ ਅਨਡੂ ਕਰਨਾ ਪਏਗਾ ਜੇ ਅਨਡੂ ਨਹੀਂ ਕਰੇਗਾ ਤੇ ਇੱਕ ਪਰਮਾਨੈਂਟ ਮਤਲਬ ਜਿਹੜਾ ਜੜਾਂ ਵਾਲੇ ਫੋੜੇ ਵਾਂਗੂ ਬੈਠ ਜਾਏਗਾ ਤੇ ਫਿਰ ਉਹ ਉਸੇ ਰਿਸਕ ਦਾ ਰਹੇਗਾ ਲਗਾਤਾਰ ਰਿਸਕ ਦਾ ਰਹੇਗਾ ਜਲਦ ਹੁੰਦਾ ਰਹੇਗਾ ਲੋਕ ਲੋਕ ਖੜੇ ਰਹਿਣਗੇ ਤੇ ਉਹ ਸਾਰੀ ਗੱਲ ਜਿਹੜੀ ਹੈ ਅਲਟੀਮੇਟਲੀ ਭਾਜਪਾ ਦੇ ਉਸੇ ਗੇਂਸ ਜਾਏਗੀ ਜਿਵੇਂ ਅਮਰਜੰਸੀ ਇੰਦਰਾ ਗਾਂਧੀ ਦੇ ਅਗੇਂਸ ਗਈ ਸੀ 84 ਲੱਖ ਦਾ ਖਾਕਾ ਜਿਹੜਾ ਇੰਦਰਾ ਗਾਂਧੀ ਦੇ ਖਿਲਾਫ ਗਿਆ ਸੀ ਇਹ ਵੀ ਮੋਦੀ ਦੇ ਖਿਲਾਫ ਜਾਏਗਾ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਬਲਿਕ ਮਾਈਂਡ ਪਬਲਿਕ ਸੈਂਟੀਮੈਂਟ ਪਬਲਿਕ ਸੈਂਟੀਮੈਂਟ ਜਿਹੜਾ ਹੈ ਉਹਨੂੰ ਵਾਇਲਟ ਨਹੀਂ ਕਰਨਾ ਚਾਹੀਦਾ ਡੈਮੋਕ੍ਰੇਸੀ ਜਿਹੜੀ ਹੈ ਉਹ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਬਿਲਕੁਲ ਸੋ ਇਹ ਵੀ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਵੀ ਉਹ ਇਸ ਸੰਘਰਸ਼ ਨੂੰ ਜਿਹੜਾ ਜੋਸ਼ ਭਰਿਆ ਹੋਇਆ ਪੂਰਾ ਵੀ ਉਹ ਹੋਸ਼ ਨਾਲੇ ਤੋਂ ਕੰਮ ਲੈਣ ਬਿਲਕੁਲ ਇਹ ਇਹ ਪੱਕਾ ਰੱਖਣਾ ਇਹ ਜ਼ਰੂਰੀ ਹੈ ਜਦੋਂ ਵਾਇਲੈਂਸ ਵਿੱਚ ਵੜੀ ਉਦੋਂ ਸਰਕਾਰ ਸਰਕਾਰ ਦੇ ਬੰਦੇ ਹੱਥ ਜਿਹੜੇ ਨੇ ਉਹ ਤਗੜੇ ਹੋ ਜਾਣਗੇ ਅਸੀਂ ਉਠਖਣ ਵਾਲੇ ਪਾਸੇ ਹੋ ਜਾਾਂਗੇ ਕਾਨੂੰਨ ਦਾ ਹੱਕ ਜੋ ਹੋ ਜਾਏਗਾ ਅਸੀਂ ਮਤਲਬ ਲੋਕਾਂ ਨੂੰ ਮਤਲਬ ਨੁਕਸਾਨ ਵਾਲੇ ਪਾਸੇ ਨੂੰ ਲੈ ਕੇ ਤੁਰੇ ਅਸੀਂ ਸੰਘਰਸ਼ ਪੀਸਪੁਲ ਕੀਤਾ ਤੇ ਐਸ ਵੇਲੇ ਸਾਡੀ ਸ਼ਾਨ ਹੈ ਜੀ ਸਾਡੇ ਕੋਲ ਉਹਦਾ ਇਤਿਹਾਸ ਵੀ ਪਿਆ ਹੈਗਾ ਜੀ ਬਹੁਤ ਬਹੁਤ ਮਿਹਰਬਾਨੀ ਪੈਸਾ ਸਾਹਿਬ ਜੀ ਦਾ ਖਾਲਸਾ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਪਤੀ ਸੋ ਗੱਲ ਇੱਥੋਂ ਸ਼ੁਰੂ ਹੋਈ ਸੀ ਪੈਸਾ ਸਾਹਿਬ ਨੇ ਕਿਹਾ ਸੀ ਵੀ ਇਹ ਹਿੰਦ ਤੇ ਪੰਜਾਬ ਦੀ ਜੰਗ ਹੈ ਜਦੋਂ ਸ਼ਾ ਮੁਹੰਮਦ ਗੱਲ ਕਰਦੇ ਨੇ ਵੀ ਸ਼ਾ ਮੁਹੰਮਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਦੋਹੇ ਪਾਸੇ ਭਾਰੀਆਂ ਨੇ ਪਰ ਅਖੀਰ 'ਚ ਇਹ ਗੱਲ ਵੀ ਕਰਦੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਸੋ ਉਹ ਸਮੁਹਾਜ ਵੱਲ ਉਸ ਪੜ ਵੱਲ ਅਸੀਂ ਨਾ ਜਾਈਏ ਜਿੱਥੇ ਸਾਨੂੰ ਹਾਰ ਦਾ ਮੂੰਹ ਦੇਖਣਾ ਪਵੇ ਜ਼ਰੂਰਤ ਹੈ ਅਸੀਂ ਅਹਿੰਸਕ ਹੋ ਕੇ ਇਸ ਰਾਤ ਤੇ ਤੁਰਦੇ ਰਹੀਏ ਹਿੰਸਾ ਦਾ ਸਹਾਰਾ ਨਾ ਲਿਆ ਜਾਵੇ ਤਾਂ ਜੋ ਅਸੀਂ ਇਸ ਸੰਘਰਸ਼ ਨੂੰ ਇੱਕ ਜਿੱਤ ਦੇ ਰਾਤੇ ਤੋੜ ਸਕੀਏ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਮਿਲਾਂਗੇ ਅਗਲੇ ਹਫਤੇ ਇਸੇ ਤਰ੍ਹਾਂ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ